ਕੋਰੋਨਾ ਕੁਝ ਹੋਰ ਸੀ ਪਰ ਚੇਂਜ ਹੋ ਗਿਆ ਇਹ ਵਰਕਿੰਗ ਟਾਈਮ ਮੈਂ ਕਹਾਂ ਜੀ ਇਸਨੂੰ ਪੁੱਛ ਰਿਹਾ ਸਾਨੂੰ ਕਿ ਸੰਗਤ ਆ ਜਾਏਗੀ ਮੈਂ ਜੀ ਕਾਰੋਬਾਰ ਦੁਕਾਨਾਂ ਦੇ ਬਾਰੇ ਔਰ ਆਪ ਜੀ ਨੇ ਪਿਆਰ ਉਠਾਇਆ ਹੈ ਸੰਗਤ ਚ ਆਉਣ ਦੀ ਕਿੰਨੀ ਵਡਿਆਈ ਹੈ ਇਹ ਸੇਵਾ ਲੈ ਕੇ
Yeah.
Thank you.
ਰਾਮਪੁਰ ਵਾਲੇ ਇਹਨਾਂ ਅੰਦਰੋਂ ਕਹਿ ਰਹੇ ਹਾਂ ਸਭ ਤੋਂ ਪਹਿਲਾਂ ਗੁਰੂ ਰਾਮਦਾਸ ਦੀ ਨਗਰੀ ਤੋਂ ਆਇਆ ਸਾਰਾ ਜੱਥਾ ਆ ਸਾਰੀ ਸੰਗਤ ਦੇ ਚਰਨਾਂ ਤੇ ਜੱਥਾ ਮੱਥਾ ਟੇਕਦਾ ਭਾਈ ਪ੍ਰਭਾਵ ਇਹ ਗੱਲ ਲਿਖ ਲਓ
ਰਾਗੀ ਵੱਡਾ ਨਹੀਂ ਤੇ ਅੰਦਰ ਵਸਾ ਲਓ ਗਿਆਨੀ ਵੱਡਾ ਨਹੀਂ ਕਥਾ ਵਾਚਕ ਵੱਡਾ ਨਹੀਂ ਸਭ ਤੋਂ ਵੱਡੀ ਗੁਰੂ ਕੀ ਸੰਗਤ ਆਖੋ ਸਾਧਨਾ ਹਰ ਕੰਮ ਤਾਂ ਮੁੱਢ ਹੈ ਕਦੀ ਵਿਚਾਰੇ ਬਹਿ ਕੇ ਤੂੰ ਗੁਰਦੁਆਰਾ ਬੰਦਾ ਥੋੜਾ ਦੇਰੀ ਹੋਇਆ ਬਣ ਇਹ ਜਦੋਂ ਬਣਿਆ ਹੋਏਗਾ ਕਿਸੇ ਨੇ ਦਸ ਬੋਰੀ ਸੀਮੈਂਟ ਕਿਸੇ ਸਰੀਆ ਲੱਕੜੀ ਇਹਦਾ ਮੁੱਢ ਤੁਹਾਨੂੰ ਨਜ਼ਰ ਆਏਗਾ ਸੰਗਤ ਆਖੋ ਸਾਧਨਾ ਅਨੰਦਪੁਰ ਸਾਹਿਬ ਗਏ ਬਹੁਤ ਲੰਗਰ ਲੱਗੇ ਸੀ ਕਈ ਗੱਲ ਜਿਹਨੇ ਲਾਇਆ ਕਰੀ ਮੁੱਢ ਵੇਖੋ ਮੁੱਢ ਤੋਂ ਗੁਰੂ ਕੀ ਸੰਗਤ ਆਖੋ ਸਾਧਨਾ ਸੰਗਤ ਸਭ ਤੋਂ ਵੱਡੀ ਇਹ ਸਾਰਾ ਜਥਾ ਕੋਈ ਅਸੀਂ ਰਾਗੀ ਬਣ ਕੇ ਨਹੀਂ ਆਏ ਆਪ ਜੀ ਵੱਡੇ ਹੋ ਤੇ ਸਾਰੀ ਸੰਗਤ ਨੂੰ ਇਹ ਜਥਾ ਇੱਕ ਵਾਰੀ ਫਿਰ ਨਮਸਕਾਰ ਕਰਦਾ ਸੇਵਾ ਲੈਣੀ ਆਪ ਜੀ ਰਾਮਪੁਰ ਕੋਲਾਂ ਨਾ ਰਾਮਪੁਰੀ ਕਈ ਹੋਰ ਇਲਾਕਿਆਂ ਜੋ ਆਏ ਨਾਰਾਜ਼ ਨਾ ਹੋਏ ਜਾ ਕੋ ਸਾਧ ਨਾ ਹੋਏ ਸਾਡਾ ਨਾਂ ਨਹੀਂ ਬੋਲਿਆ ਐਸਲੇ ਆਪਾਂ ਇੱਥੇ ਬੈਠੇ ਨਾਂ ਵੀ ਬੜਾ ਵਧੀਆ ਹੈ ਗੁਰਦੁਆਰਾ ਸਾਹਿਬ ਧੰਨ ਧੰਨ ਸੰਤ ਭਾਈ ਜੀ ਬਾਬਾ ਜੀ ਆਪੋ ਸਾਧ ਨਾ ਹੋਏ ਇਹ ਸਾਰੀ ਸੰਗਤ ਰਾਮਪੁਰ ਵਾਲੇ ਅਗਰ ਆਪ ਜੀ ਨੂੰ ਕੋਈ ਵੀ ਪੁੱਛੇ ਵੱਡੀ ਚੀਜ਼ ਕਿਹੜੀ ਆਮ ਬੰਦੇ ਦੇ ਮੁੱਖ ਤੇ ਹੁੰਦਾ ਹੈ ਕਰਮ ਵੱਡੇ ਨੇ ਸਭ ਤੋਂ ਆਪੋ ਸਾਧਨਾ ਤੁਹਾਡੇ ਕਿਸੇ ਨਾਲ ਗੱਲ ਹੋਇਆ ਆਮ ਹੁੰਦਾ ਹਾਂ ਭੈਣ ਕਰਮਾਂ ਨੇ ਲਿਖਿਆ ਤੂੰ ਕੋਈ ਚੀਜ਼ ਹਾਂ ਕਰਮਾਂ ਨੇ ਉਹਦੇ ਪਿਆਰ ਦੀ ਕਹਿ ਰਿਹਾ ਕਰਮ ਵੀ ਵੱਡੇ ਤਾਕਤ ਰੱਖਦੇ ਪਰ ਅੱਜ ਹਿਰਦੇ ਇੱਕ ਖਾਨਾ ਬਣਾਇਓ ਕਰਮਾਂ ਤੋਂ ਵੀ ਵੱਡੀ ਇੱਕ ਚੀਜ਼ ਹੈ ਉਹ ਕਿਹੜੀ ਕਰਮਾਂ ਤੋਂ ਵੱਡੀ ਚੀਜ਼ ਗੁਰੂ ਰਾਮਦਾਸ ਦੀ ਬਖਸ਼ਿਸ਼ ਹੈ ਗੱਲ ਕੇ ਆਖੋ ਸਾਧਨਾ ਗੁਰੂ ਹਰ ਰਾਇ ਸਾਹਿਬ ਦੀ ਬਖਸ਼ਿਸ਼ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਬਖਸ਼ਿਸ਼ ਕਰਮਾਂ ਤੋਂ ਗੁਰੂ ਦੀ ਨਜ਼ਰ ਮੈਂ ਕਦੀ ਕਾਰ ਤੇ ਜਾ ਰਿਹਾ ਸੀ ਕਾਰ ਤੇ ਅੱਗੇ ਟਰੱਕ ਸੀ ਤੁਹਾਨੂੰ ਪਤਾ ਕਈ ਟਰੱਕਾਂ ਦਾ ਇਹਨਾਂ ਨੇ ਮਗਰ ਕੋਈ ਲਿਖਿਆ ਹੁੰਦਾ ਕੋਈ ਨਾ ਕੋਈ ਗੱਲ ਲਿਖੀ ਕਿ ਲਿਖਿਆ ਮੈਂ ਬੁਰੀ ਨਜ਼ਰ ਆਵੇ ਤੇਰਾ ਮੂੰਹ ਕਾਲਾ ਵੀ ਕੁਝ ਲਿਖਿਆ ਹੁੰਦਾ ਕੁਝ ਲਿਖਿਆ ਜਿਹੜੇ ਟਰੱਕ ਦੀ ਮੈਂ ਗੱਲ ਸੁਣਾਉਣ ਲੱਗਾ ਉਹਦੇ ਮਗਰ ਲਿਖਿਆ ਸੀ ਸਮੇਂ ਤੋਂ ਪਹਿਲਾਂ ਤੇ ਕਰਮਾਂ ਤੋਂ ਬਿਨਾਂ ਕੁਝ ਨਹੀਂ ਮਿਲਦਾ ਆਪੋ ਸੱਚ ਨਾ ਗੋਬਿੰਦ ਸੋਚਣ ਤੋਂ ਬਾਅਦ ਮਨ ਚ ਆਇਆ ਮੈਂ ਕਿਹਾ ਜੇ ਬਾਜਾਂ ਵਾਲਾ ਉਹ ਗੁਰੂ ਗ੍ਰੰਥ ਸਾਹਿਬ ਜੇ ਸਤਿਗੁਰੂ ਗੁਰੂ ਨਾਨਕ ਦਾ ਘਰ ਦਿਆਲੂ ਹੋ ਜੇ ਸਮੇਂ ਤੋਂ ਪਹਿਲਾਂ ਵੀ ਮਿਲ ਜਾਂਦਾ ਕਰਮਾਂ ਤੋਂ ਬਿਨਾਂ ਵੀ ਮਿਲੇ ਕਰਾਂਗੇ ਸਾਡੇ ਗੁਰਦੇ ਨੂੰ ਲੱਖ ਖੁਸ਼ੀਆਂ
ਨਜ਼ਰ ਕਰੇ ਕਰਕੇ ਆਖੋ ਸਤਿਗੁਰ ਜਿੱਥੇ ਨਜ਼ਰ ਆ ਜਾਏ ਸਮੇਂ ਤੋਂ ਪਹਿਲੇ ਵੀ ਉਹ ਕਰ ਸਕਦਾ ਤੇ ਕਰਮਾਂ ਤੋਂ ਕਹਿਣਾ ਵੀ ਨਜ਼ਰ ਕਰਮਾਂ ਤੋਂ ਵੱਡੀ ਜੇ ਕਿਸੇ ਦਾ ਮਨ ਨਾ ਮੰਨੇ ਤੇ ਕਦੀ ਅੰਮ੍ਰਿਤਸਰ ਆਉਂਦੇ ਹੋ ਜਿੱਥੇ ਆ ਪੜ੍ਹਾਈ ਕੇਂਦਰ ਦੇ ਵਿਧਵਾ ਬੀਬੀਆਂ ਦਾ ਉਸੇ ਰੋਡ ਤੇ ਗੁਰਦੁਆਰਾ ਤਰਨ ਤਾਰਨ ਰੋਡ ਉੱਤੇ ਉਹਦਾ ਨਾਂ ਹੈ ਸੰਘਰਾਣਾ ਸਾਹਿਬ ਜਿੱਥੇ ਮਾਤਾ ਸੁਲੱਖਣੀ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਆਖਿਆ ਸੀ ਮਹਾਰਾਜ ਪੁੱਤਰ ਸਾਡੇ ਪਿਤਾ ਜੀ ਨੇ ਕਿਹਾ ਸੀ ਤੇਰੇ ਕਰਮਾਂ ਚ ਭੁੱਖਾ ਪਸਾਦਨਾ ਉਹ ਚਲੀ ਗਈ ਉੱਠ ਅੱਜ ਮੈਂ ਤੁਹਾਡੇ ਗੁਰਦੁਆਰੇ ਦਾ ਗੇਟ ਹੈ ਤੇ ਬਾਹਰ ਜਾ ਰਹੀ ਹੈ ਤੇ ਚਿਹਰਾ ਮੱਥਾ ਕਈਆਂ ਨੇ ਭਾਈ ਗੁਰਦਾਸ ਜੀ ਲੈ ਗਿਆ ਕਈਆਂ ਨੇ ਬਾਬਾ ਬੁੱਢਾ ਸਾਹਿਬ ਲੈ ਗਿਆ ਸੀ ਬਾਹਰ ਮਿਲ ਪਏ ਤੂੰ ਕਹਿੰਦੇ ਬੂਹੇ ਤੋਂ ਹੱਸਦੇ ਲੋਕ ਹੀ ਆਉਂਦੇ ਆ ਜਾਂਦੇ ਰੋਂਦੇ ਆਉਂਦੇ ਹੱਸਦੇ ਤੂੰ ਉਲਟਾ ਕੰਮ ਆਪੋ ਸਾਧਨਾ ਰੋਂਦੀ ਆ ਰਹੀ ਕਹਿੰਦੀ ਰੋਵਾਂ ਨਾ ਤੇ ਕੀ ਕਰਾਂ ਮੈਂ ਔਲਾਦ ਬੇਨਤੀ ਪੁੱਤਰ ਦੀ ਬੇਨਤੀ ਤੇ ਗੁਰੂ ਹਰਗੋਬਿੰਦ ਸਾਹਿਬ ਕਹਿ ਤਾ ਤੇਰੇ ਕਰਮਾਂ ਜੀ ਨਹੀਂ ਲਿਖਿਆ ਭਾਈ ਗੁਰਦਾਸ ਜੀ ਹੱਸ ਪਏ ਕਹਿੰਦੇ ਬਸ ਫਿਰ ਤੂੰ ਕੀ ਕਿਹਾ ਕਹਿੰਦੀ ਮੈਂ ਆਖਿਆ ਹੁਣ ਕਰਮਾਂ ਜੀ ਲਿਖਿਆ ਤੇ ਗੁਰੂ ਵਿਚਾਰਾ ਕੀ ਕਰੇ ਆਪੋ ਸਾਧਨਾ ਇੱਥੋਂ ਤੱਕ ਫੈਕਟ ਸੀ ਨਾ ਕਰਮ ਵੱਡੇ ਭਾਈ ਗੁਰਦਾਸ ਜੀ ਨੇ ਆਖਿਆ ਉਹ ਬੀਬਾ ਉਹ ਬੀਬਾ ਜਦੋਂ ਸਤਿਗੁਰਾਂ ਕਿਹਾ ਕਰਮਾਂ ਚ ਨਹੀਂ ਲਿਖਿਆ ਤੂੰ ਕਹਿਣਾ ਸੀ ਕਲਮ ਦੇ ਤੇਰੇ ਕੋਈ ਹੈ ਆਖੋ ਸਾਧਨ ਕਲਮ ਦੇ ਤੇਰੇ ਕੋਈ ਹੈ ਜੀ ਜਾਨ ਤੇਰੇ ਧਾਰੇ ਪ੍ਰਭ ਗੋਰੀ ਤੁਹਾਰੇ ਕਰਮਾਂ ਕਰਕੇ ਉੱਥੇ ਨਹੀਂ ਲਿਖਿਆ ਬਖਸ਼ਿਸ਼ ਕਰਕੇ ਇੱਥੇ ਲਿਖਦੇ ਆਖੋ ਸਾਧਨ ਨਾਮ ਫਿਰ ਮੰਗ ਕੀਤੀ ਮਹਾਰਾਜ ਕਹਿ ਤੈਨੂੰ ਦੱਸਿਆ ਰਿਹਾ ਤੇਰੇ ਕਰਮਾਂ ਚ ਨਹੀਂ ਕਿਦੋਂ ਹੋਰੋ ਟੀਕਾ ਲਗਾ ਲਈ ਫਿਰ ਪਿਆਰ ਦਾ ਜਦੋਂ ਆਖਿਆ ਵੀ ਮਹਾਰਾਜ ਕਲਮ ਤੇ ਤੁਹਾਡੇ ਹੱਥ ਦੀ ਹੈ ਉੱਥੇ ਕਰਮਾਂ ਕਰਕੇ ਵੀ ਇੱਥੇ ਬਖਸ਼ਿਸ਼ ਕਰਕੇ ਲਿਖਦੇ ਹੋ ਲਿਖਣ ਵਾਲੇ ਤੇ ਤੁਸੀਂ ਦੱਸੋ ਸਾਰੀ ਸੰਗਤ ਉਸ ਮਾਤਾ ਦੇ ਵਿਹੜੇ ਵਿੱਚ ਸੱਤ ਪੁੱਤਰ ਖੇਡੇ ਕਿੱਥੋਂ ਖੇਡੇ ਕਰਮਾਂ ਚੋਂ ਖੇਡੇ ਨਹੀਂ ਗੁਰੂ ਹਰਗੋਬਿੰਦ ਸਾਹਿਬ ਤੇਰੀ ਬਖਸ਼ਿਸ਼ ਦੇ ਖਾਤੇ ਚੋਂ ਖੇਡੇ ਗੁਰੂ ਹਰਗੋਬਿੰਦ ਸਾਹਿਬ ਤੇਰੀ ਨਜ਼ਰ ਦੇ ਖਾਤੇ ਕਰਮਾਂ ਚੋਂ ਮਾੜੀ ਜੀ ਇੱਕ ਦੋ ਦਲੀਲਾਂ ਦਿੱਤੀਆਂ ਵੀ ਕਰਮਾਂ ਤੋਂ ਉੱਤੇ ਹੈ ਗੁਰੂ ਦੀ ਨਜ਼ਰ ਦਿਲ ਕਰਦਾ ਲਗਾ ਕੇ ਪਾਉਂਦੀਆਂ ਬੋਲਦਾ ਜਿਸਨੂੰ ਤੇਰੀ ਨਜ਼ਰ ਨਾਲ ਲੇਖਾ ਪੁੱਛੀ ਹੈ ਜਿਸਨੂੰ ਤੇਰੀ ਖੁਸ਼ੀ ਕਿਸ ਨਾਮ ਨੇ ਤੂੰ ਪੁੱਛੀ ਹੈ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉੜ ਧਾਰਿਓ ਮਨ ਮਾਝਾ ਧਰਮ ਰਾਏ ਦਰ ਕਾਗਲ ਫਾੜੇ ਜਨ ਨਾਨਕ ਲੇਖਾ ਸਮਝ ਗੱਜ ਗਿਆ ਗੁਰ ਸਤਨਾਮ ਸੰਤਨ ਮੌਕੋ ਪੂੰਜੀ ਸੌਂਪੀ ਉਤਰਿਓ ਮਨ ਕਾ ਧੋਖਾ ਧਰਮ ਰਾਏ ਤਹਾਂ ਕਰੇ ਗੋ ਜੋ ਪਾਟਿਓ ਸਗਲੋ ਲੇਖਾ ਆਪੋ ਸਤਨਾਮ ਤੇ ਜਿਹੜੀ ਅੱਜ ਗੱਲ ਆਪ ਜੀ ਨਾਲ ਸਾਂਝੀ ਕਰ ਰਹੇ ਹਾਂ ਇੰਨੀ ਕੁ ਗੱਲ ਆਪ ਜੀ ਤੱਕ ਪਹੁੰਚਾਉਣ ਦਾ ਗੁਰੂ ਨੇ ਯਤਨ ਕਰਾਇਆ ਕਰਮਾਂ ਤੋਂ ਉੱਤੇ ਨਜ਼ਰ ਹੁਣ 10 ਮਿੰਟ ਸੇਵਾ ਲੈਣੀ ਜਿਹੜੀ ਕੀ ਕਰਮਾਂ ਤੋਂ ਉੱਤੇ ਹੈ ਨਜ਼ਰ ਇਹ ਜਿਹੜੀ ਹੈ ਨਜ਼ਰ ਇਹ ਮਿਲਦੀ ਕਿਵੇਂ ਇਹ ਜਿਹੜੀ ਨਜ਼ਰ ਇਹ ਮਿਲਦੀ ਕਿਵੇਂ ਆਪਾਂ ਕਿਹੜਾ ਕੰਮ ਕਰੀਏ ਨਜ਼ਰ ਜਿਹੜੀ ਉਹ ਚੱਲ ਕੇ ਆ ਜੇ ਆਪੋ ਸਾਧਨਾ ਕਿਹੜਾ ਕੰਮ ਕਰੀਏ ਨਜ਼ਰ ਜਿਹੜੀ ਉਹ ਸਾਡੇ ਝੋਲੀ ਚ ਪੈ ਜਾਏ ਆ ਸੇਵਾ ਲੈਣੀ ਤੇ ਇੱਕ ਵਾਰੀ ਫਿਰ ਉਹ ਪੰਕਤੀਆਂ ਬੋਲੋ ਜਿਸ ਗੁਰੂ ਨੇ ਆਪ ਰਾਹ ਦੱਸਿਆ ਐਸਾ ਗੁਰ ਵਡਭਾਗੀ ਪਾਇਆ
ਖੁਸ਼ੀ ਲਏਗਾ ਇੱਕ ਦਿਨ ਗੁਰੂ ਰਾਮਦਾਸ
ਆਵਾਜ਼ ਮਾਰ ਕੇ ਪੁੱਛਣਗੇ ਕੀ ਪਾਈਏ ਤੇਰੀ ਚੋਲੀ ਕਹਿੰਦਾ ਹਜੇ ਇੱਕ ਸਮਾਂ ਇੱਕ ਵਜੇ ਹਜੇ ਰਾਤ ਪਈ ਹੈ
ਅੱਗ ਹੁਣ ਦੂਜੀ ਲੱਕੜ ਰੱਖੀ ਮੱਠੀ ਹੋ ਗਈ। ਹੁਣ ਬੰਦਾ ਸੋਚਦਾ ਨਾ ਕੀ ਕਰਾਂ, ਘਰ ਹੋਈ ਨੀ ਲੱਕੜ ਹੈ, ਸੰਗਤ ਇੰਜ ਜੁੜੀ ਪਈ ਹੈ, ਹੁਣ ਫਿਰ ਠੰਡ ਲੱਗਣੀ ਸ਼ੁਰੂ ਹੋ ਗਈ, ਅੱਗ ਮੱਠੀ ਹੋ ਗਈ। ਮੈਂ ਸੋਚਦਾ ਨਾ ਕੀ ਕਰਾਂ ਕੀ ਕਰਾਂ ਕੀ ਕਰਾਂ, ਕੀ ਕੀਤਾ ਸੰਗਤ ਦੀ ਖੁਸ਼ੀ ਲੈਣ ਲਈ ਕੀ ਕੀਤਾ? ਕਹਿੰਦਾ ਘਰ ਲੱਕੜ ਨੇ ਤੀਜੀ ਵਾਰੀ ਜਿਹੜਾ ਕੰਮ ਕੀਤਾ ਕੋਈ ਵਿਰਲਾ ਕਰ ਸਕਦਾ, ਤੀਜੀ ਵਾਰੀ ਕੀ ਕੀਤਾ? ਆਪਣੇ ਘਰ ਦੀਆਂ ਬੂਹੇ ਬਾਰੀਆਂ ਚੁਗਾਠਾਂ ਪੱਟ ਤੀਆਂ, ਕਹਿੰਦਾ ਆਪੇ ਨਵੀਆਂ ਲੱਗ ਜਾਣਗੀਆਂ, ਮੇਰੇ ਗੁਰੂ ਨਾਨਕ ਦੀ ਸੰਗਤ ਨੂੰ ਠੰਡ ਲੱਗ ਗੱਜ ਕੇ ਕਹਿ ਰਹੇ ਹੋ ਸਾਧਨਾ ਆਪਣਾ ਔਖਾ ਕਹਿਣਾ ਸੁਣਨਾ ਸੌਖਾ ਹੈ, ਸੁਣਾਉਣਾ ਪੈਂਦਾ ਇਤਿਹਾਸ। ਉਹ ਜਦੋਂ ਘਰ ਦੀਆਂ ਬੂਹੇ ਤੇ ਬਾਰੀਆਂ ਚੁਗਾਠਾਂ ਪੱਟ ਕੇ ਤੇ ਉਹਦੇ ਉੱਤੇ ਰੱਖ ਦਿੱਤੀਆਂ ਸੰਗਤ ਨੂੰ ਠੰਡ ਨਾ ਲੱਗੇ, ਕਹਿ ਰਹੇ ਹੋ ਗੱਜ ਕੇ ਸਾਧਨਾ ਢਾਈ ਤਿੰਨ ਵਜੇ ਗੁਰੂ ਰਾਮਦਾਸ ਜੀ ਲੰਘੇ, ਉਹ ਕੀਰਤਨ ਦੇ ਖਾੜੇ ਸਜੇ ਪਏ ਹੈ, ਸੰਗਤ ਜੁੜੀ ਪਈ ਆ ਕੇ ਸੇਕ ਕਰੀ, ਜਿਵੇਂ ਫੁਰਨਾ ਬਣਦਾ ਨਾ ਮਹਾਰਾਜ ਦਾ ਫੁਰਨਾ। ਕਹਿੰਦੇ ਸਾਨੂੰ ਸੁਨੇਹਾ ਪਹੁੰਚਿਆ ਸੀ ਬਈ ਲੰਗਰ ਦੀ ਲੱਕੜ ਗਿੱਲੀ ਸਾਰੀ, ਬਜ਼ੁਰਗ ਬੱਚੇ ਠੰਡ ਨਾ ਠਾਰੇ, ਜੇ ਫੁਰਨਾ ਬਣਦਾ ਨੀ ਇਹ ਸੇਵਾ ਕਿਵੇਂ ਗੱਲ ਕੇ ਆਖੋ ਸਾਧੂ। ਮਹਾਰਾਜ ਨਾਲ ਹੀ ਸਵੇਰੇ ਪੁੱਛਾ ਆ ਸੇਵਾ ਕਿਵੇਂ। ਆਪਣੇ ਘਰ ਦੇ ਬੂਹੇ ਬਾਰੀਆਂ ਪੱਟ ਕੇ ਨਵੇਂ ਲੱਗ ਜਾਣਗੇ, ਮੇਰੇ ਗੁਰੂ ਨਾਨਕ ਦੀ ਸੰਗਤ ਨੂੰ ਠੰਡ ਨਾ ਲੱਗ ਜੇ, ਕਹਿ ਲਓ ਗੱਜ ਕੇ ਸਾਧੂ। ਮੇਰਾ ਦਿਲ ਕਰਦਾ ਇੱਕ ਮਿੰਟ ਬੋਲਿਓ ਜੀ, ਐਵੇਂ ਧਾਰਨਾ ਕਿਤੇ ਕਿਤੇ ਧਾਰਨਾ ਪਿਆਰ ਤੇ ਲੱਗ ਜਾਂਦੀ ਹੈ, ਸਾਰੇ ਕਿਰਪਾ ਕਰੇ ਸੰਗਤ ਦੀ ਸੇਵ ਨਵਾਲਾ ਲੇਖ ਮਿਟ ਮਨ ਖੋਜੀ
ਸਾਹਿਬ ਸੰਤ ਪ੍ਰਾਪਤ ਤੇਰੇ ਭੇਟ ਦੁਰਬਤ ਹੋਈ ਤੇਰੇ ਕੀ ਧੂੜ ਨਾਨਕ ਦਾਸ ਪਾਛੇ ਜਿਨ ਹੱਥ ਨਾਮ ਰਿਦੇ ਪਰੋਈ ਨਦਰ ਮਿਲਦੀ ਕਹਿੰਦੇ ਰਾਜ ਆਖੋ ਸਾਧਨਾ ਇੱਕ ਬੇਨਤੀ ਕਰਦੇ ਆ ਰਾਮਪੁਰ ਵਾਲੇ ਸੰਗਤ ਚ ਆ ਕੇ ਕਦੀ ਗਲਤੀਆਂ ਨਹੀਂ ਲੱਭਣੀ ਸੰਗਤ ਚ ਆ ਕੇ ਇੰਨਾ ਕੁ ਸ਼ਰਧਾ ਰੱਖਣੀ ਹੈ ਕਿ ਕੋਈ ਪਤਾ ਨਹੀਂ ਕਿਹੜਾ ਪ੍ਰੇਮੀ ਜਿਹਦੇ ਨਾਲ ਗੁਰੂ ਰਾਮਦਾਸ ਆਪ ਬੈਠੇ ਹੋ ਕਰਕੇ ਆਖੋ ਸਾਹਿਬ ਸੰਗਤ ਹਰ ਪ੍ਰਭ ਬਾਬਾ ਆਨੰਦ ਸਿੰਘ ਜੀ ਦਾ ਇੱਥੋਂ ਤੱਕ ਭਜਨ ਹੈ ਕਈ ਵਾਰੀ ਇਕੱਠ ਜ਼ਿਆਦਾ ਹੋਵੇ ਕਈ ਵਾਰੀ ਜੋੜੇ ਲੈਂਦੇ ਧੱਕਾ ਵੱਜ ਜਾਂਦਾ ਲੰਗਰ ਛੱਡਦਿਆਂ ਧੱਕਾ ਵੱਜ ਜਾਂਦਾ ਕਹਿੰਦੇ ਸੰਗਤ ਚ ਕਦੀ ਇਹ ਧੱਕਾ ਵੱਜੇ ਨਾ ਉਹਦੇ ਨਾਲ ਗਰਮ ਨਹੀਂ ਬੋਲਣਾ ਜਿਹਦੇ ਕੋਲ ਵੱਜ ਗਿਆ ਮਨ ਚ ਇੰਨੀ ਸ਼ਰਧਾ ਰੱਖਣੀ ਹੈ ਬਾਬਾ ਆਨੰਦ ਸਿੰਘ ਦਾ ਭਜਨ ਹੈ ਇੰਨੀ ਸ਼ਰਧਾ ਰੱਖਣੀ ਕਲਗੀਆਂ ਵਾਲਿਆ ਜਿਹੜਾ ਧੱਕਾ ਸੰਗਤ ਚ ਪੈ ਗਿਆ ਕਈ ਗੁਣਾ ਜਮਾਂ ਦੇ ਧੱਕੇ ਇਹਦੇ ਬਦਲੇ ਤੈਨੂੰ ਕੱਢਣੇ ਪੈਣ ਗੁਸਾ ਨਾ ਕਰਿਓ ਰਾਮਪੁਰ ਵਾਲਿਓ ਹੁਣ ਤੁਸੀਂ ਕਿਤੇ ਅੰਮ੍ਰਿਤਸਰ ਆਓ ਜੇ ਤੁਹਾਡਾ ਦਿਲ ਕਰੇ ਦਰਬਾਰ ਸਾਹਿਬ ਅੰਦਰ ਦਰਸ਼ਨ ਕਰਨੇ ਅੰਦਰ ਢਾਈ ਘੰਟੇ ਕੱਢਣੇ ਹੀ ਪੈਣੇ ਗਾਜ ਕੇ ਆਪੋ ਸਾਲ ਬਸ ਮੇਰਾ ਪਰਿਵਾਰ ਵੱਡਾ ਵੱਡਾ ਤੁਹਾਨੂੰ ਪਤਾ ਹੀ ਕੁਛ ਭਰਿਆ ਹੁੰਦਾ ਰੋਜ਼ ਮੈਂ ਥੋੜ੍ਹਾ ਜਿਹਾ ਹੁੰਦਾ ਹਾਂ ਜੀ ਦਾਸ ਅਸੀਂ ਆਪਣੀ ਮਾਤਾ ਨੂੰ ਝਾਈ ਕਹਿੰਦੇ ਹਾਂ ਮੈਂ ਅੰਦਰ ਖੜੀ ਹੋਣੀ ਦਰਬਾਰ ਸਾਹਿਬ ਦਾ ਜਿੱਦਣ ਫੁੱਲ ਭਰਿਆ ਹੋਣਾ ਨਾ ਤੇ ਅਸੀਂ ਆਪਣੀ ਝਾਈ ਮਾਤਾ ਨੂੰ ਪੁੱਛਣਾ ਅੱਜ ਪੁੱਲ ਭਰਿਆ ਤੇ ਉਹਨਾਂ ਕਹਿਣਾ ਅੱਜ ਮੱਸਿਆ ਆਪੋ ਸਾਹਿਬ ਅੱਜ ਦੀਵਾਲੀ ਹੈ ਅੱਜ ਵਿਸਾਖੀ ਹੈ ਤੇ ਇੱਧਰ ਹੀ ਹੱਥ ਜੋੜੋ ਤੋ ਧੰਨ ਗੁਰੂ ਰਾਮਦਾਸ ਹੁਣ ਤੇਰੇ ਦਰ ਤੇ ਰੋਜ਼ ਹੀ ਦੀਵਾਲੀ ਰੋਜ਼ ਹੀ ਮੱਸਿਆ ਠੀਕ ਸਾਨੂੰ ਤਾਂ ਕੁੱਥੇ ਬਣੇ ਲੰਘਾ ਦਿੰਦੇ ਗੁੱਸਾ ਤਾਂ ਕਰੇ ਜੇ ਨਾਲ ਬੱਚਾ ਬੱਚਾ ਛੋਟਾ ਹੋਵੇ ਨਾਲ ਉਹਨੂੰ ਵੀ ਲੰਘਾ ਦਿੰਦੇ ਨੇ ਦੂਜੇ ਪਾਸੋਂ ਆਮ ਬੰਦੇ ਨੇ ਢਾਈ ਦੋ ਢਾਈ ਘੰਟੇ ਲੱਗਦੇ ਤੁਸੀਂ ਉਹ ਅਕਾਲ ਤਖ਼ਤ ਸਾਹਿਬ ਤੋਂ ਲਾਈਨ 'ਚ ਲੱਗੋ ਅੰਦਰ ਜਾਂਦੇ ਹਾਂ ਦੋ ਢਾਈ ਘੰਟੇ 'ਚ ਕਿ ਕੋਈ ਧੱਕਾ ਨਹੀਂ ਵੱਜੇਗਾ ਵੱਜੇਗਾ ਜਦੋਂ ਇੱਕਦਮ ਛੱਡਦੇ ਆ ਵਾਂਸ ਚੱਕ ਕੇ ਕਈ ਵਾਰੀ ਵੱਜਦਾ ਅੱਜ ਤੋਂ ਬਾਅਦ ਇਹ ਅੱਜ ਦਾ ਇਹ ਸਾਸੰਗ ਦਾ ਲਾਭ ਹੋਵੇ ਅਤੇ ਉਹ ਕਈ ਵਾਰੀ ਧੱਕਾ ਵੱਜੇ ਨਾ ਬੰਦਾ ਕਲਪ ਜਾਂਦਾ ਕਿੱਥੇ ਆ ਗਏ ਆ ਕੇ ਡੇਢ ਘੰਟਾ ਦੋ ਘੰਟੇ ਹੋ ਗਏ ਲੱਗੇ ਆ ਉਹ ਤੋਂ ਧੱਕੇ ਵੱਜੀ ਜਾਂਦੇ ਆ ਅਤੇ ਅੱਜ ਤੋਂ ਬਾਅਦ ਧੱਕਾ ਵੱਜੇਗਾ ਨਾ ਜਾਣ ਕੇ ਨਹੀਂ ਸਹਿ ਸੁਭਾਅ ਜੇ ਅੰਦਰ ਸ਼ਰਧਾ ਹੋਏਗੀ ਤੇ ਇਹ ਹੋਏਗਾ ਗੁਰੂ ਰਾਮਦਾਸ ਆ ਤੇਰੀਆਂ ਸੰਗਤਾਂ ਦੀ ਭੀੜ ਵਿੱਚ ਜਿਹੜੇ ਭੋਲੇ ਪਾ ਧੱਕੇ ਪੈ ਗਏ ਆ ਕਈ ਗੁਣਾ ਜਮਾਂ ਦੇ ਧੱਕੇ ਤੈਨੂੰ ਮੇਰੇ ਕਰਮਾਂ ਚੋਂ ਕੱਢਣੇ ਪੈਣੇ ਕਹਿ ਦਿਓ ਗੱਜ ਕੇ ਸਤਨਾਮ ਸੰਗਤ ਲਈ ਕਦੀ ਹਲਕਾ ਫੁਰਨਾ ਨਹੀਂ ਬਣਾਉਂਦਾ ਕਦੀ ਕਿੱਥੇ ਆ ਗਿਆ ਜੀ ਗਰਮੀ ਬੜੀ ਲੱਗ ਰਹੀ ਜਿਹੜੀ ਗਰਮੀ ਕਿਤੇ ਸਹਿਜ ਸੁਭਾਅ ਸੰਗਤ ਚ ਲੱਗ ਗਈ ਕਈ ਗੁਣਾ ਨਰਕਾਂ ਦੀ ਗਰਮੀ ਨਿਰੰਕਾਰ ਨੂੰ ਸਾਡੇ ਕਰਮਾਂ ਚੋਂ ਕੱਟਣੀ ਪੈਂਦੀ ਕਹਿ ਦਿਓ ਗੱਜ ਕੇ ਸਤਨਾਮ ਇਹ ਸੰਗਤ ਐਡੀ ਮਹਾਨ ਹੈ ਆਹ ਜਿਹੜਾ ਵਾਜਾ ਮੇਰੇ ਅੱਗੇ ਪਿਆ ਇਹ ਤੁਹਾਡੇ ਕੋਲ ਲਏ ਵਾਜੇ ਇੱਥੋਂ ਹੀ ਸਾਨੂੰ ਸਫ਼ਰ ਜ਼ਿਆਦਾ ਸੀ ਯਾਰਾ ਪ੍ਰਬੰਧਕਾਂ ਨੂੰ ਪੁੱਛ ਲਿਆ ਕਹਿੰਦੇ ਹੈਗੇ ਵਾਜੇ ਇੱਥੇ ਚੱਲ ਜਾਣ ਇਹ ਵਾਜਾ ਨਾ ਮੈਨੂੰ
ਜਿਵੇਂ ਅੱਜ ਤੁਹਾਡੇ ਕੋਲ ਲੈ ਕੇ ਆਇਆ ਅਤੇ ਰਾਮਪੁਰ ਲੈ ਗਿਆ, ਰਾਏਪੁਰ ਲੈ ਗਿਆ, ਰਾਏਪੁਰ ਉਹਨਾਂ ਬਾਹਰ ਪੰਡਾਲ ਲਾਇਆ ਸੀ ਅਤੇ ਬਿਲਕੁਲ ਜੂਨ ਦੇ ਦਿਨ ਸੀ, ਅੱਤ ਦੀ ਗਰਮੀ, ਉਹਨਾਂ ਪੱਖੇ ਕੂਲਰ ਲਾਏ ਸੀ ਬਾਹਰ ਪੰਡਾਲ 'ਚ, ਪਰ ਗਰਮੀ ਬੜੀ ਸੀ, ਸਾਹ ਕਿਤੇ ਲੈਣ। ਮੈਂ ਕੀਰਤਨ ਆਰੰਭ ਕੀਤਾ ਜੀ, ਮੈਨੂੰ ਵੀ ਪਸੀਨਾ, ਸੰਗਤ ਨੂੰ ਵੀ ਗਰਮੀ ਬੜੀ, ਬਾਹਰ ਪੰਡਾਲ ਲੱਗਾ ਧੁੱਪ ਵੀ ਅਤੇ ਜੂਨ ਦੇ ਦਿਨ ਗਰਮੀ ਦੇ, ਉਹ ਮੇਰੇ ਨਾਲ ਬੀਤੀ। ਉਹ ਅਸੀਂ ਕੀਰਤਨ ਕਰ ਰਹੇ ਕਥਾ, ਇੱਕ ਨਾ ਬਹੁਤ ਭਾਰਾ ਸਰੀਰ, ਹਰ 5 ਮਿੰਟ ਬਾਅਦ ਉੱਠੇ ਅਤੇ ਆ ਪਿੱਛੋਂ ਝੱਗਾ ਚੱਕ ਕੇ ਨਾ ਤਾਂ ਨੂੰ ਅਤੇ ਕੂਲਰ ਦੇ ਪਿੱਠ ਕੂਲਰ ਵੱਲ ਕਰਕੇ ਨਾ ਖਲੋ ਜੇ ਵਿਆ, ਹਰ 5 ਮਿੰਟ ਬਾਅਦ ਉੱਠੇ ਫਿਰ ਬਹਿ ਜੇ ਫਿਰ ਖਲੋ ਜੇ। ਉਹ ਮੇਰੀ ਬਿਰਤੀ ਟੁੱਟ ਜੇ ਆਖੋ ਸਾਧਨ। ਮੈਂ ਕਿਹਾ ਯਾਰ ਕਰੀਏ ਕੀ, ਵੀ ਮਾੜਾ ਜਿਹਾ ਸਮਾਂ ਵਧਦਾ, ਇਹ ਸਰੀਰ ਆਉਂਦਾ ਇਹਨੂੰ ਗਰਮੀ ਲੱਗਦੀ, ਉਹ ਕੂਲਰ ਅੱਗੇ ਨਾ ਉਹਨੇ ਪਿੱਛੋਂ ਚੁੱਕ ਕੇ ਕਪੜਾ ਤੇ ਖਲੋ ਜਾਣਾ, ਠੰਡੀ ਹਵਾ ਲੈ ਕੇ ਨਾ ਫਿਰ ਬਹਿ ਜਾਣਾ, ਫਿਰ 5-7 ਮਿੰਟ ਬਾਅਦ ਉੱਠ ਪੈਣਾ। ਫਿਰ ਮੈਂ ਵਿੱਚ ਕਥਾ ਰੋਕ ਕੇ ਨਾ ਆਹ ਕਥਾ ਲਾਈ, ਆਹ ਧੱਕਿਆਂ ਲਈ ਅਤੇ ਗਰਮੀ ਵਾਲੀ, ਆਖੋ ਸਾਧਨਾ ਵੀ ਸਹਿਜ ਸੁਭਾਅ ਜਿਹੜੀ ਸੰਗਤ ਵਿੱਚ ਕਿਤੇ ਗਰਮੀ ਲੱਗ ਜਾਏ ਅਤੇ ਹਲਕਾ ਫੁਰਨਾ ਨਹੀਂ ਬਣਾਉਣਾ, ਕਿੱਥੇ ਆ ਗਿਆ ਗਰਮੀ ਉਸਲੇ ਐ ਉੱਚਾ ਫੁਰਨਾ ਬਣਾਉਣਾ। ਬਾਬਾ ਨਾਨਕ ਸਿੰਘ ਕਹਿੰਦੇ ਸਹਿਜ ਸੁਭਾਅ ਜਿਹੜੀ ਸੰਗਤ ਵਿੱਚ ਗਰਮੀ ਲੱਗ ਗਈ, ਕਈ ਗੁਣਾ ਨਰਕਾਂ ਦੀ ਗਰਮੀ ਨਿਰੰਕਾਰ ਨੂੰ ਤੇਰੇ ਕਰਮਾਂ ਚੋਂ ਕੱਟਣੀ ਪੈਂਦੀ। ਜਦੋਂ ਮੈਂ 4-5 ਮਿੰਟ ਇੱਥੇ ਬੋਲਿਆ ਜੀ, ਉਹ ਫਿਰ ਮੁੜ ਕੇ ਨਹੀਂ ਆਇਆ ਕੂਲਰ ਹੈਗੇ, ਮੈਂ ਕਿਹਾ ਤੀਰ ਵੱਜ ਗਿਆ ਟਿਕਾਣੇ ਤੇ, ਆਖੋ ਸਾਧਨਾ। ਆਹ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣੀਆਂ, ਰਾਮ ਰਾਜੇ ਜਿਸ ਲਾਗੀ ਪੀਰ ਪਰਮ ਕੀ ਸੋ ਜਾਣੇ ਜਿਹੜੀ, ਮੈਂ ਕਿਹਾ ਤੀਰ ਬਾਣੀ ਦਾ ਵੱਜ ਗਿਆ, ਗੱਜ ਕੇ ਆਖੋ ਸਾਧਨਾ। ਇਹ ਇੱਕ ਨਾ ਪਤਾ ਹੋਵੇ, ਬੜਾ ਵੱਡਾ ਭਾਰ ਜੇ, ਬੜਾ ਵੱਡਾ ਭਾਰ ਸੰਗਤ 'ਚ ਆ ਕੇ ਸਾਡੇ ਕੋਲ ਨਿੰਦਿਆ ਹੋ ਜੇ, ਕਿੱਥੇ ਗਿਆ ਜੀ ਗਰਮੀ ਬੜੀ, ਕਿੱਥੇ ਗਿਆ ਜੀ ਧੱਕੇ ਬੜੇ, ਉਹ ਤਾਂ ਕਿੰਨਾ ਭਾਰ ਚੁੱਕ ਕੇ ਲਏ। ਦੂਜਾ ਸੰਗਤ 'ਚ ਆ ਕੇ ਗਲਤੀਆਂ ਨਹੀਂ ਲੱਭਣੀਆਂ, ਸੰਗਤ ਵਿੱਚ ਆ ਕੇ ਫੁਰਨੇ ਹਲਕੇ ਨਹੀਂ ਬਣਾਉਣੇ, ਗੱਜ ਕੇ ਆਖੋ ਸਤਨਾਮ। ਸੰਗਤ ਵਿੱਚ ਇਹੋ ਜਿਹੇ ਉੱਚੇ ਫੁਰਨੇ ਬਣਾਉਣੇ, ਮੇਰੀ ਕਈ ਗੁਣਾ ਨਰਕਾਂ ਦੀ ਗਰਮੀ ਕੱਟੀ ਜਾਂਦੀ, ਗੱਜ ਕੇ ਕਹਿ ਦਿਓ ਸਤਨਾਮ। ਇੱਕ ਰਾਮਪੁਰ ਵਾਲਿਆਂ ਨੂੰ ਬੇਨਤੀ ਵੀ ਜਿਹੜਾ ਅੱਜ ਪ੍ਰਸੰਗ ਛਿੜਿਆ, ਨਦਰ ਤੋਂ ਕਰਮਾਂ ਤੋਂ ਉੱਤੇ ਨਦਰ ਤੇ ਨਦਰ ਮਿਲਦੀ ਕਿਵੇਂ ਹੈ, ਮਨ ਨੀਵਾਂ ਕਰਕੇ ਸੰਗਤ ਦੀ ਖੁਸ਼ੀ ਲੈ ਲਓ, ਨਦਰ ਚੱਲ ਕੇ ਆਊਗੀ। ਇਹ ਸਾਰੀ ਸੰਗਤ ਨੂੰ ਬੇਨਤੀ, ਇਹਦਾ ਦੂਜਾ ਪੱਖ ਇਹ ਲੈਣਾ ਕਿ ਹਰ ਵੇਲੇ ਸਕੀਮਾਂ ਬਣਾਇਆ ਕਰੋ, ਕਿਹੜਾ ਕੰਮ ਕਰਾਂ ਮੈਨੂੰ ਗੁਰੂ ਦੀਆਂ ਸੰਗਤਾਂ ਦੀ ਖੁਸ਼ੀ ਮਿਲ ਜੇ, ਆਖੋ ਸਤਨਾਮ। ਇਤਨਾ ਤੋਂ ਉਪਰਾਲੇ ਕਰਿਆ ਤੂੰ, ਇੰਝ ਕਰਾਂ ਸੰਗਤ ਦੀ ਖੁਸ਼ੀ ਮਿਲੇ, ਆਹ ਕਰਾਂ ਸੰਗਤ ਦੀ ਖੁਸ਼ੀ ਪ੍ਰਸੰਤ। ਇਹ ਸਿੱਧੀ ਲੇਖ ਬਦਲਦੀ, ਕਿਉਂਕਿ ਦਾਸ ਦੇ ਮਨ ਦੀ ਭਾਵਨਾ ਹੁੰਦੀ ਹੈ ਕਿ 10 ਸਾਲ ਦਾ ਬੱਚਾ ਵੀ ਸੰਗਤ 'ਚ ਬੈਠਾ ਹੋਵੇ ਨਾ, 12 ਸਾਲ ਦਾ 10 ਸਾਲ ਦਾ, ਉਹਨੂੰ ਵੀ ਪਤਾ ਲੱਗੇ ਕਥਾ ਕੀ ਹੋ ਰਹੀ ਹੈ। ਇੰਨੀ ਕੁ ਸਾਦਗੀ ਵਰਤਨ ਦਾ ਯਤਨ ਕਰੀਦਾ। ਜੇ ਤੁਹਾਡੇ ਕਿਸੇ ਦੇ ਗੱਲ 'ਚ ਅੱਜ ਦਾ ਸਬਜੈਕਟ ਨਾ ਆਇਆ ਹੋਵੇ ਨਾ, ਵੀ ਸੰਗਤ ਦੀ ਸੇਵ ਕਮਾਲ ਹੈ, ਲੇਖ ਮਿੱਟ ਜਾਣਗੇ। ਅਤੇ ਮੈਂ 1 ਮਿੰਟ ਦੇ ਵਾਸਤੇ ਤੁਹਾਡੇ ਅੱਗੇ ਸੀਨ ਰੱਖਣ ਲੱਗਾ। ਅੰਮ੍ਰਿਤਸਰ ਕਈਆਂ ਨੇ ਵੇਖਿਆ ਹੋਏਗਾ, ਸਰਕਾਰੀ ਹਸਪਤਾਲ ਹੈ ਬਹੁਤ ਵੱਡਾ, ਉਹਦਾ ਨਾਂ ਹੈ ਗੁਰੂ ਨਾਨਕ ਹਸਪਤਾਲ, ਕਾਫੀ 2-2.5-4 ਹਜ਼ਾਰ ਬੈੱਡ ਦਾ ਹੋਸਪਿਟਲ ਹੈ, ਵੱਡਾ ਬਹੁਤ ਹੈ। ਉਹਦੇ ਸਾਹਮਣੇ ਹਸਪਤਾਲ ਦੇ ਨੇ 40-50 ਦੁਕਾਨਾਂ ਨੇ ਅੰਗਰੇਜ਼ੀ ਦਵਾਈਆਂ ਦੀਆਂ, 30-40-50 ਲੱਖ ਪਗੜੀ ਹੈ, ਕੰਮ ਬੜਾ ਸਹੁਰਾ ਹੋਸਪਿਟਲ ਦਾ ਮਰੀਜ਼ ਦਵਾਈ ਲੈਂਦਾ ਉੱਥੋਂ। ਇੱਕ ਦੁਕਾਨਦਾਰ ਗੁਰੂ ਦਾ ਸਿੱਖ, ਉਹਦੇ ਕਾਗਜ਼ਾਂ ਵਿੱਚ ਕੋਈ ਕਮੀ, ਕੋਈ ਪੇਪਰਾਂ 'ਚ ਕਮੀ ਹੋਏਗੀ, ਅਤੇ ਦੁਕਾਨ ਨੂੰ ਤਾਲੇ ਲੱਗ ਗਏ, ਮਹਿਕਮੇ ਵਾਲੇ ਆਏ ਦੁਕਾਨ ਸੀਲ ਕਰ ਗਏ। ਹੁਣ ਦੁਕਾਨ ਨੂੰ ਸੀਲ ਕਰਤਾ, ਕਾਗਜ਼ਾਂ 'ਚ ਕਮੀ ਸੀ, ਅਤੇ ਸੁਣਿਓ ਜ਼ਰਾ, 12-1 ਵਜੇ 2 ਵਜੇ ਸੀਲ ਕੀਤਾ। ਹੁਣ ਲੋਕ ਪੁੱਛਦੇ ਹੀ ਆ ਨਾ 4 ਵਜੇ ਸ਼ਾਮੀ 5 ਵਜੇ, ਵੀਰ ਜੀ ਕੀ ਗੱਲ ਹੋ ਗਈ? ਆ ਮੇਰੇ ਹੱਥ ਵੱਲ ਵੇਖਿਓ ਸਾਰੀ ਸੰਗਤ, ਜਦੋਂ ਪੁੱਛਿਆ ਨਾ ਕੀ ਗੱਲ, ਇਹ ਹੱਥ ਨਾ ਇਹ ਉਹ ਕੱਲ੍ਹ ਹੀ ਖੁਲਾ ਲੈਣੇ ਆ, ਆਖੋ ਸਤਨਾਮ। ਹਾਂ ਅਜੇ ਬੋਲਦੀ ਪਈ ਹੈ, ਇਹ ਮੈਂ ਬੋਲਦੀ ਪਈ ਅਜੇ, ਇਹਨੂੰ ਮਾਰੋ, ਇਹ ਪਰਚੇ ਪਾਉਂਦੀ ਜੇ, ਇਹਦਾ ਕੰਟਰੋਲ ਕਰੋ, ਇਹਦੇ ਨਾਲ ਪਰਚੇ ਪੈਂਦੇ ਜੇ, ਇਹ ਮੈਂ ਨਾ
ਕੱਲ ਹੀ ਖੁਲਾ ਲੈਣੇ ਆ ਸਾਡਾ ਤਾਂ ਚੱਲਦੀ ਬੜੀ ਆਖੋ ਸਤਨਾਮ ਹੁਣ ਮੈਂ ਨਾਂ ਨਹੀਂ ਲੈਣਾ ਕੌਂਸਲਰ ਹੋ ਗਏ ਮੰਤਰੀ ਜਿਵੇਂ ਵੀ ਬੰਦੇ ਦੇ ਹੁੰਦਾ ਜਿੱਥੋਂ ਤੱਕ ਉਹ ਆਪਣੀ ਬੜੀ ਵਾਕਫੀ ਹੈ ਕੱਲ ਹੀ ਇਹ ਮੈਂ ਬੋਲਦੀ ਪਈ ਹੁਣ ਉਧਰੋਂ ਪਿਤਾ ਜੀ ਕਹਿੰਦੇ ਚੱਲ ਖੁਲਾ ਕੇ ਵਿਖਾ ਫਿਰ ਆਖੋ ਸਤਨਾਮ ਅਗਲਾ ਦਿਨ ਲੰਘ ਗਿਆ ਹੁਣ ਜਿਹੜਾ ਪੁੱਛਦਾ ਵੀ ਕੀ ਗੱਲ ਬਣੀ ਨਹੀਂ ਗੱਲ ਉਹ ਬਸ ਇੱਕ ਅੱਧੇ ਦਿਨ ਦੀ ਗੱਲ ਹੈ ਤੁਸੀਂ ਘਬਰਾਓ ਨਾ ਆਪਣੀ ਚੱਲਦੀ ਸਰਕਾਰੇ ਦਰਬਾਰੇ ਖੁਲਾ ਲੈਣੇ ਆਖੋ ਸਤਨਾਮ ਦੂਜਾ ਵੀ ਲੰਘ ਗਿਆ ਤੀਜਾ ਵੀ ਹਫ਼ਤਾ ਦਸ ਦਿਨ ਹੁਣ ਤੁਸੀਂ ਸੰਘ ਦੱਸੋ ਦਿਲ 'ਤੇ ਕੀ ਬੀਤਦੀ ਹੋਏਗੀ ਜਿਹਦੀ 3-4 ਲੱਖ ਦਵਾਈਆਂ ਦੀ ਸੇਲ ਹੋਵੇ 10 ਬੰਦੇ ਅੰਦਰ ਕੰਮ ਕਰਦੇ ਹੋਣ ਕਾਊਂਟਰ ਲੱਗੇ ਹੋਣ ਅਤੇ ਸਾਰਾ ਕੁਝ ਸੀਲ ਹੋ ਜਾਵੇ 15 ਦਿਨ ਲੰਘ ਗਏ ਹੁਣ ਲੱਥੀ ਮੈਂ ਹੁਣ ਥੱਲੇ ਆਇਆ ਮੀਟਰ ਅਤੇ ਤੁਹਾਡੇ ਵਰਗਾ ਗੁਰਸਿੱਖ ਮਿਲ ਪਿਆ ਕੀ ਗੱਲ ਚਿਹਰਾ ਢਲਿਆ ਦੱਸਿਆ ਵੀ ਮਨ ਬੜਾ ਅਪਸੈਟ ਹੈ ਵੀ ਦੁਕਾਨ ਨੂੰ ਤਾਲੇ ਲੱਗ ਗਏ ਹੈ ਹੁਣ ਪਹਿਲੇ ਜਿਹੜੀ ਚੀਜ਼ ਸੀ ਨਾ ਕੱਲ ਹੀ ਹੁਣ ਉਹ ਥੋੜ੍ਹੀ ਢਲੀ ਹੋਈ ਹੈ ਆਖੋ ਸਤਨਾਮ ਹੁਣ ਡਾਊਨ ਹੈ ਉਹ ਗੁਰਸਿੱਖ ਨੂੰ ਦੱਸਿਆ ਕਿ ਇੰਝ ਤਾਲੇ ਲੱਗ ਗਏ ਅਤੇ ਹੁਣ ਉਹ ਜਿਹਦੇ ਤਾਲੇ ਲੱਗੇ ਸੀ ਨਾ ਇਹ ਮੇਰੇ ਕੋਲ ਐਡਰੈਸ ਲੈ ਸਕਦੇ ਹੋ ਉੱਠ ਕੇ ਮੈਂ ਨਾਂ ਬੋਲਣਾ ਠੀਕ ਨਹੀਂ ਸਮਝਦਾ ਲਾਈਵ ਪ੍ਰੋਗਰਾਮ ਆ ਰਹੇ ਹੁੰਦੇ ਅਤੇ ਹੁਣ ਜਿਹਦੇ ਤਾਲੇ ਲੱਗੇ ਸੀ ਨਾ ਹੁਣ ਕੰਮ ਨੀਵਾਂ ਹੋਇਆ ਪਿਆ ਅਤੇ ਇੰਝ ਹੱਥ ਜੋੜ ਕੇ ਕਹਿੰਦਾ ਗੁਰਸਿੱਖਾ ਗੁਰਮੁਖਾ ਗੁਰੂ ਨਾਨਕ ਦੇ ਘਰ 'ਚ ਕੋਈ ਰਾਹ ਨਹੀਂ ਹੈਗਾ ਗੁਰੂ ਨਾਨਕ ਦੇ ਘਰ 'ਚ ਕੋਈ ਰਾਹ ਨਹੀਂ ਹੈਗਾ ਆ ਤਾਲੇ ਖੁੱਲ ਜਾਣ ਕਹਿ ਦਿਓ ਗੱਜ ਕੇ ਸਾਧਨ ਗੁਰੂ ਨਾਨਕ ਦੇ ਘਰ 'ਚ ਕੋਈ ਰਾਹ ਨਹੀਂ ਇਹ ਦੁੱਖ ਕੱਟਿਆ ਜਾਏ ਬੜੇ ਪਰੇਸ਼ਾਨ ਆ ਰੋਜ਼ ਦੀ ਇੰਨੀ ਸੇਲ ਸਾਰੀ ਰੋਟੀ ਪਾਣੀ ਇੱਥੋਂ ਸਾਰੇ 10-12 ਬੰਦੇ ਕੰਮ ਕਰਦੇ ਉਹ ਗੁਰਸਿੰਘ ਨੂੰ ਕਹਿੰਦਾ ਕੋਈ ਰਾਹ ਨਹੀਂ ਹੈਗਾ ਆ ਸੁਣਿਓ ਜਰਾ ਮੈਂ ਸਾਦਗੀ ਤਾਂ ਇੱਕ ਤਾਂ ਦਲੀਲ ਦਿੱਤੀ ਵੀ ਨਿਰੀ ਭਾਈ ਆਦਮ ਵੇਲੇ ਦੀ ਸਾਖੀ ਦੀ ਗੱਲ ਨਹੀਂ ਅੱਜ ਵੀ ਇਹ ਰਾਹ ਹੈ ਤੁਹਾਡੇ ਕੋਲ ਉਹਨੇ ਕਿਹਾ ਵੀ ਕੋਈ ਰਾਹ ਨਹੀਂ ਹੈਗਾ ਇਹ ਤਾਲੇ ਜਿਹੜੇ ਮੇਰੀ ਸੀਲ ਹੋ ਗਈ ਦੁਕਾਨ ਉਹ ਤੁਹਾਡੇ ਵਰਗਾ ਕੋਈ ਗੁਰਸਿੱਖ ਸੀ ਮਹਾਂਪੁਰਸ਼ਾਂ ਦੀ ਸੰਗਤ ਕੀਤੀ ਸੀ ਉਹ ਕਹਿੰਦਾ ਹਾਂ ਰਾਹ ਤਾਂ ਹੈਗਾ ਆ ਰਾਹ ਸੁਣਿਓ ਬੀਬੀ ਹੋ ਜਰਾ ਵੀਰੋ ਉਹ ਕਹਿੰਦਾ ਰਾਹ ਤਾਂ ਹੈਗਾ ਉਹ ਕਹਿੰਦਾ ਮੈਨੂੰ ਦੱਸ ਕਿਹੜਾ ਰਾਹ ਹੈ ਮੈਂ ਕਰਾਂਗਾ ਚੱਲਾਂਗਾ ਮੈਂ ਚੱਲਣ ਨੂੰ ਤਿਆਰ ਹਾਂ ਅੱਗੋਂ ਗੁਰਸਿੱਖ ਕਹਿੰਦਾ ਗੱਡੀ ਹੈਗੀ ਤੁਹਾਡੇ ਕੋਲ ਕੋਈ ਆਖੋ ਸਾਧਨਾ ਜਦੋਂ ਦੀ ਮੈਂ ਗੱਲ ਸੁਣਾ ਰਿਹਾ ਨਾ ਉਦੋਂ ਸੁਮੋ ਗੱਡੀ ਚੱਲਦੀ ਸੀ ਬੜੀ ਡੀਜ਼ਲ ਗੱਡੀ ਸੀ ਉਹ ਕਹਿੰਦਾ ਕੋਈ ਗੱਡੀ ਹੈਗੀ ਤੁਹਾਡੇ ਕੋਲ ਕਹਿੰਦਾ ਹਾਂ ਸੁਮੋ ਗੱਡੀ ਹੈਗੀ ਡੀਜ਼ਲ ਵਾਲੀ ਉਹ ਗੁਰਸਿੱਖ ਕਹਿੰਦਾ ਕਿੰਨੇ ਕੁ ਮੈਂਬਰ ਬਹਿ ਜਾਂਦੇ ਉਹਦੇ ਕਹਿੰਦੇ 8 ਆਰਾਮ ਨਾਲ ਬਹਿ ਜਾਂਦੇ ਆ 10 ਵੀ ਬਹਿ ਜਾਂਦੇ ਆ ਉਹਦੇ ਵਿੱਚ ਥੋੜ੍ਹਾ ਜਿਹਾ ਤੰਗ ਹੋ ਕੇ 10 ਵੀ ਬਹਿ ਜਾਂਦੇ ਆ ਉਹ ਗੁਰਸਿੱਖ ਕਹਿੰਦਾ 40 ਦਿਨ ਸੇਵਾ ਕਰੇਗਾ ਉਹ ਜਿਹੜੀ ਤੇਰੇ ਕੋਲ ਗੱਡੀ ਹੈ ਸੁਮੋ ਡੀਜ਼ਲ 8-10 ਮੈਂਬਰ ਬਹਿ ਜਾਂਦੇ 40 ਦਿਨ ਸੇਵਾ ਕਰੇਗਾ ਅਤੇ ਉਹ ਜਿਹਦੀ ਦੁਕਾਨ ਉਹ ਸੀਲ ਹੋਈ ਸੀ ਨਾ ਕਹਿੰਦਾ ਕੀ ਸੇਵਾ ਕਹਿੰਦਾ ਦਰਬਾਰ ਸਾਹਿਬ ਤੋਂ ਇਹ ਤੁਹਾਨੂੰ ਵੀ ਪਤਾ ਹੋਏਗਾ ਦਰਬਾਰ ਸਾਹਿਬ ਤੋਂ 5-6 ਕਿਲੋਮੀਟਰ ਕਲੋਨੀਆਂ ਨੇ ਬੜੀਆਂ ਤਕੜੀਆਂ ਰਣਜੀਤ ਐਵਨਿਊ ਗ੍ਰੀਨ ਐਵਨਿਊ ਬਿਊਟੀ ਐਵਨਿਊ ਇਸ ਤਰ੍ਹਾਂ ਹੋਰ ਕਲੋਨੀਆਂ ਨੇ ਗ੍ਰੀਨ ਐਵਨਿਊ ਬਸੰਤ ਐਵਨਿਊ ਬੜੀ ਮਹਿੰਗੀਆਂ ਕਲੋਨੀਆਂ ਨੇ ਅਤੇ ਉੱਥੋਂ ਕਈ ਬੀਬੀਆਂ ਗੱਲ ਸੁਣਿਓ ਵੇ ਜੁਗਤੀਆਂ ਗੁਰਸਿੱਖਾਂ ਕੋਲ ਉਹ ਕਲੋਨੀ ਤੋਂ ਕਈ ਬੀਬੀਆਂ ਸਵੇਰੇ 4 ਵਜੇ ਦਰਬਾਰ ਸਾਹਿਬ ਆਉਣਾ ਚਾਹੁੰਦੀਆਂ ਪਰ 5-6 ਮੀਲ ਇਹ ਘਰ ਵਾਲਾ ਨਾਲ ਜਾਂਦਾ ਨਹੀਂ ਆਪ ਆ ਨਹੀਂ ਸਕਦੀਆਂ ਜੇ ਤੇਰੇ ਕੋਲ ਗੱਡੀ ਹੈ ਐਡਰੈਸ ਮੈਂ ਦੇਣਾ ਤੂੰ ਸਿਰਫ ਹਾਰਨ ਦੇਣਾ ਉਹ ਤਿਆਰ ਹੋਣਗੇ 8-10 ਮੈਂਬਰਾਂ ਦੇ ਮੈਂ ਤੈਨੂੰ ਐਡਰੈਸ ਦੇਣਾ ਅਤੇ ਉਹਨਾਂ ਨੂੰ ਸਾਰਿਆਂ ਨੂੰ ਗੱਡੀ 'ਚ ਪਾ ਕੇ ਅਤੇ ਦਰਬਾਰ ਸਾਹਿਬ ਲੈ ਕੇ ਆਉਣਾ ਅਤੇ ਫਿਰ 6-6:30 ਉਹਨਾਂ ਨੂੰ ਘਰ ਛੱਡ ਕੇ ਆਉਣਾ ਕਮਾਏਗਾ ਸੇਵਾ ਸੰਗਤ ਦੀ ਆਖੋ ਸਤਨਾਮ ਕਰੇਗਾ ਉਹ ਕਹਿੰਦਾ ਮੈਂ ਤਿਆਰ ਹਾਂ ਜਿਹਦੇ 'ਤੇ ਬਿਪਤਾ ਪਈ ਹੋਵੇ ਸੰਗਤ ਜੀ ਉਹਨੇ 3:15 ਉੱਠ ਕੇ ਗੱਡੀ ਕੱਢਣੀ 3:20-3:25 ਅਤੇ ਬਸੰਤ ਐਵਨਿਊ ਗ੍ਰੀਨ ਉਹਨੇ ਸਿਰਫ ਹਾਰਨ ਦੇਣਾ ਜੀ ਕਿਸੇ ਘਰ 'ਚੋਂ 2 ਭੈਣਾਂ ਕਿਸੇ ਘਰ 'ਚੋਂ 1 ਭੈਣ ਕਿਸੇ ਘਰ 'ਚੋਂ 3 ਭੈਣਾਂ 10-12 ਭੈਣਾਂ ਨੂੰ ਬੀਬੀਆਂ ਮਾਤਾਵਾਂ ਨੂੰ ਬਿਠਾ ਕੇ ਨਾ ਅਤੇ ਘੰਟਾ ਘਰ ਵਾਲੇ ਬੰਨੇ 4:45 ਗੱਡੀ ਉੱਥੇ ਉਹ ਸਾਰੀਆਂ ਨੇ ਉਤਰਨਾ ਅੰਦਰ ਜਾਣਾ ਦਰਬਾਰ ਸਾਹਿਬ 6:30 ਤੱਕ ਜੋ ਉਹਨਾਂ ਦਾ ਅੰਦਰ ਸਿਮਰਨ ਬੰਦਗੀ ਅਭਿਆਸ ਭੈਣਾਂ ਦਾ ਅੰਦਰ ਗੁਰੂ ਰਾਮਦਾਸ ਦੇ ਦਰ 'ਤੇ ਫਿਰ ਉਹਨਾਂ ਉਤਰਨਾ
ਤੇ ਫਿਰ ਸਾਰਿਆਂ ਨੂੰ ਘਰ ਘਰ ਵਾਪਸ ਛੱਡ ਕੇ, ਹੁਣ ਤੁਸੀਂ ਸਾਰੀ ਸੰਗਤ ਰਾਮਪੁਰ ਵਾਲੀ ਇੱਕ ਮਿੰਟ ਲਈ ਫੈਸਲਾ ਦਿਓ, ਤੁਸੀਂ ਪੜ੍ਹੇ ਲਿਖੇ ਹੋ, ਦਿਓ ਫੈਸਲਾ ਕਿ ਜਿਹੜੀਆਂ 10-12 ਮਤਾਵਾਂ ਭੈਣਾਂ ਅੰਦਰ ਗੁਰੂ ਰਾਮਦਾਸ ਦੇ ਦਰ ਤੇ, ਤੁਹਾਨੂੰ ਪਤਾ ਅੰਮ੍ਰਿਤ ਵੇਲੇ ਕਿੰਨਾ ਰਸ ਹੁੰਦਾ, ਅੰਮ੍ਰਿਤ ਵਰਸਦਾ, ਨਿਰਾ ਅੰਮ੍ਰਿਤ ਨਿਰੀ ਅੰਮ੍ਰਿਤ ਵਰਸਦਾ ਉਸ ਵੇਲੇ, ਕਿ ਤੁਸੀਂ ਦੱਸੋ ਉਹ 10-12 ਭੈਣਾਂ ਜਦੋਂ 2.5 ਘੰਟੇ ਗੁਰੂ ਰਾਮਦਾਸ ਦੇ ਦਰ ਤੇ ਚੌਂਕੜਾ ਮਾਰ ਕੇ ਉਹ ਆਤਮਕ ਰਸ ਲੈਂਦੀਆਂ ਹੋਣਗੀਆਂ, ਕਿ ਅੰਦਰੋਂ ਨਹੀਂ ਨਿਕਲਦਾ ਹੋਏਗਾ ਕਿ ਗੁਰੂ ਰਾਮਦਾਸ ਜਿਹੜਾ ਸਾਨੂੰ ਲੈ ਕੇ ਆਉਂਦਾ ਘਰੋਂ ਤੇ ਛੱਡ ਕੇ ਆਉਂਦਾ, ਮਹਾਰਾਜ ਇਹਦੀ ਵੀ ਝੋਲੀ ਭਰੇ ਹੋ, ਇੱਕ ਜਗਾਰਾ ਦਿਓ ਪਿਆਰ ਨਾਲ ਲੈ ਕੇ ਜੀ, ਨਹੀਂ ਨਿਕਲੇਗਾ। ਜਿੱਦਣ ਆਹ ਨਿਕਲਦਾ ਨਾ, ਉਹ ਤੁਹਾਡੇ ਕਰਮ ਬਦਲਾਉਂਦਾ, ਮੇਰੀ ਗੱਲ ਨੂੰ ਸਮਝਿਓ। ਬਜਾਏ ਕਮੇਟੀ ਨੇ ਪ੍ਰੋਗਰਾਮ ਕਰਾਇਆ, ਆਹ ਚੀਜ਼ ਤੇ ਹੋਈ ਨਹੀਂ, ਇਹ ਗਲਤੀਆਂ ਨਾ ਲਵੋ ਇੱਥੇ ਤੇ। ਦੂਸਰੀ ਚੀਜ਼ ਤੂੰ ਕੀ ਕਰ ਸਕਦਾ, ਗੱਜ ਕੇ ਆਖੋ ਸਤਨਾਮ, ਤੂੰ ਮਨ ਨੀਵਾਂ ਕਰਕੇ ਕੀ ਕੀਤਾ। ਉਹ ਜਦੋਂ ਖੁਸ਼ੀ ਲੈਂਦੇ ਹੋ ਨਾ ਮਨ ਨੀਵਾਂ ਕਰਕੇ, ਉਹ ਜਿਹੜੀ ਅੰਦਰੋਂ ਸੀਸ ਨਿਕਲਦੀ ਨਾ ਸੰਗਤ ਦੇ, ਉਹ ਕਰਮਾਂ 'ਚ। ਤੁਸੀਂ ਕਦੀ ਬਾਬਾ ਦੀਪ ਸਿੰਘ ਦੇ ਦਰ ਤੇ ਗਏ ਹੋਵੋ ਅੰਮ੍ਰਿਤਸਰ, ਕੜਾ ਪ੍ਰਸ਼ਾਦ ਲਓਗੇ ਨਾ, ਕਿਰਪਾਨ ਭੇਟ ਕਰਾਉਂਦੇ, ਅੱਧਾ ਦਰੂਨੇ 'ਚ ਆ ਜਾਂਦਾ। ਹੁਣ ਜੋ ਅਰਦਾਸ ਕਰਨੀ ਕੀਤੀ, ਉੱਥੇ ਇੱਕ ਸੱਜਣ ਨਾ ਲਿਫਾਫੇ ਵੰਡ ਰਹੇ ਹੁੰਦੇ ਹਨ, ਲਿਫਾਫੇ। ਹੁਣ ਲਿਫਾਫਾ ਕਿੰਨੇ ਕੁ ਦਾ, 2 ਪੈਸੇ ਦਾ, 5 ਪੈਸੇ ਦਾ, 7 ਪੈਸੇ ਦਾ, 10 ਪੈਸੇ, ਪਰ ਉਹ ਲਿਫਾਫੇ ਨਾਲ ਸਹੂਲਤ ਕਿੰਨੀ ਹੈ ਵੀ ਜੇ ਤੁਸੀਂ ਘੰਟਾ ਪਾਠ ਕਰਨਾ, ਘੰਟਾ ਬਹਿਣਾ, ਜੇ ਉਹ ਡੂਨੇ 'ਚ ਪ੍ਰਸ਼ਾਦ ਹੈ, ਘਿਓ ਵੀ ਹੈ, ਥੋੜ੍ਹਾ ਪੱਤਰ ਹੈ ਉੱਤੇ, ਵੀ ਜੇ ਜ਼ਮੀਨ 'ਤੇ ਰੱਖਦੇ ਹਾਂ ਪਾਠ ਕਰਨਾ ਤਾਂ ਵੀ ਵੇਦ ਵੀ, ਗੋਡੇ 'ਤੇ ਰੱਖਦੇ ਹਾਂ ਤਾਂ ਹੁੰਦਾ ਵੀ ਕੱਪੜਾ ਨਾ ਥਿੰਦਾ ਹੋ ਜੇ, ਜੇ ਉਹਨੇ ਕੁ ਪ੍ਰਸ਼ਾਦ ਨੂੰ ਪਰਸ 'ਚ ਪਾਉਂਦੇ ਹਾਂ ਤਾਂ ਹੁੰਦਾ ਵੀ ਪਰਸ ਵਿੱਚ ਬਾਕੀ ਸਮਾਨ ਘਿਓ ਨਾ ਲੱਗਦੇ, ਥਿੰਦਾ ਨਾ ਹੋ ਜੇ, ਜੇਬ 'ਚ ਪਾਉਂਦੇ ਹਾਂ ਤਾਂ ਵੀ ਨਹੀਂ ਪਾ ਸਕਦਾ, ਥਿੰਦਾ ਨਾ ਹੋ ਜੇ। ਤਾਂ ਉਹ ਜਦੋਂ ਤੁਸੀਂ ਉਹ ਡੂਨਾ ਲਿਫਾਫੇ 'ਚ ਪਾ ਲੈਂਦੇ ਹੋ ਨਾ, ਉੱਤੋਂ ਗੰਢ ਬੰਨ ਲੈਂਦੇ ਹੋ, ਉਹਨੂੰ ਭਾਵੇਂ ਪਰਸ 'ਚ ਪਾ ਲਓ, ਜੇਬ 'ਚ ਪਾ ਲਓ, ਜੇ ਹੈ ਕਿ 5 ਪੈਸੇ ਦੀ ਚੀਜ਼ ਹੈ, ਪਰ ਜਿਹੜਾ ਵੰਡ ਰਿਹਾ ਹੁੰਦਾ ਤੇ ਜਦੋਂ ਤੁਹਾਨੂੰ ਉਹ ਸਹੂਲਤ ਦਿੰਦੀ ਹੈ ਨਾ, ਉਹ ਜਿਹੜਾ ਤੁਹਾਡੇ ਅੰਦਰੋਂ ਨਿਕਲਦਾ ਨਾ, ਯਾਰ ਲਿਫਾਫਾ ਮਿਲ ਗਿਆ ਵਧੀਆ, ਉਹ ਸਿੱਧੀ ਕਰਮ ਬਦਲਾਉਂਦੀ, ਗੱਜ ਕੇ ਆਖੋ ਸਤਨਾਮ। ਇਹ ਸਕੀਮਾਂ ਬਣਾਇਆ ਕਰੋ, ਕਿਹੜਾ ਕੰਮ ਕਰਾਂ ਕਿ ਸੰਗਤ ਦੀ ਸਹੂਲਤ ਵਧੇ, ਸੰਗਤ ਦੀਆਂ ਖੁਸ਼ੀਆਂ ਮੈਨੂੰ ਮਿਲਣ। ਇਹ ਸਿੱਧੀ ਉਹ ਦਾਤ ਹੈ ਕਰਮ ਮਾਂਜਣ ਵਾਲੀ। ਅੱਛਾ ਸੁਣਿਓ ਜੀ ਪਿਆਰ ਨਾਲ, ਉਹਨੇ ਜੀ ਇੰਜ ਸੰਗਤ ਰੋਜ਼ ਲੈ ਕੇ ਆਉਣੀ, ਤੇ ਉਹਨੇ ਜਿਹਨੇ ਡਿਊਟੀ ਲਾਈ ਸੀ ਉਹਨੇ ਕਿਹਾ 40 ਦਿਨ। ਤੇ ਹੁਣ ਮੇਰੀ ਗੱਲ ਸੁਣਿਓ ਖੀਰ ਲਈ, ਕਿਉਂਕਿ ਮੇਰਾ ਦਿਲ ਕਰਦਾ ਵੀ ਗੁਰਸਿੱਖਾਂ ਦੀਆਂ ਜੁਗਤੀਆਂ ਤੁਹਾਡੇ ਨਾਲ ਸਾਂਝੀਆਂ ਕਰਾਂ। ਉਹ 3.25 ਦਿਨ ਗੱਡੀ ਖੜਨੀ, 4 ਵਜੇ ਘੰਟਾ ਘਰ, 6:30 ਖੜਨੀ, 7 ਵਜੇ ਤੱਕ, 7:15, 7:30 ਆਪਣੇ ਘਰ ਆ ਜਾਣਾ। ਈਸਟ ਮੋਹ ਨਗਰ ਹੈ ਘਰ ਉਹਦਾ, ਉਹ ਦਰਬਾਰ ਸਾਹਿਬ ਕੋਲ ਏਰੀਆ। ਮੈਂ ਕਹਿੰਦਾ ਜਿਹਨੇ ਜੁਗਤੀ ਦਿੱਤੀ, ਤੁਸੀਂ ਸੁਣਿਓ ਜਿਹੜਾ ਜੁਗਤੀ ਅੱਗੋਂ ਵੀ ਘਰ ਆ ਗਿਆ, ਸੰਗਤ ਨੂੰ ਛੱਡ ਕੇ ਘਰ ਘਰ ਆ ਗਿਆ ਘਰ ਆਪਣੇ, ਅਤੇ ਜਿਹੜਾ ਤੋਲੀਆ ਹੁੰਦਾ ਨਾ ਬੀਬੀ, ਉਹ ਛੋਟਾ ਤੋਲੀਆ, ਉਹ ਗੁਰਸਿੰਘ ਨੇ ਜੁਗਤੀ ਦਿੱਤੀ ਵੀ ਛੋਟਾ ਤੋਲੀਆ ਜਿਹੜਾ ਨਾ ਉਹਨੂੰ ਵਲੇਟ ਕੇ ਨਾ, ਅਤੇ ਸਾਰੀ ਗੱਡੀ 'ਚੋਂ ਨਾ ਇੰਜ ਤੋਲੀਆ ਮਾਰ ਕੇ ਨਾ, ਅਤੇ ਚਰਨ ਧੂੜ ਇਕੱਠੀ ਕਰਨੀ ਆ, ਗੱਜ ਕੇ ਆਖੋ ਸਤਨਾਮ। ਕਾਗਜ਼ ਲੈਣਾ ਉਹ ਰੱਖ ਕੇ ਨਾ, ਉਹ ਕਿਸ ਭਾਵਨਾ ਨਾਲ ਧੂੜ ਲੈਣੀ ਹੈ, ਸੰਗਤ ਬੈਠੀ ਮੇਰੀ ਗੱਡੀ 'ਚ ਆਖੋ ਸਤਨਾਮ। ਅਗਲੀ ਸੀਟ ਦੇ ਥੱਲੋਂ ਵੀ, ਵਿਚਕਾਰੋਂ ਵੀ, ਪਿੱਛੋਂ ਵੀ, ਉਹਨੇ ਗੁਰਸਿੱਖ ਨੇ ਜੁਗਤੀ ਦੱਸੀ ਵੀ ਇੰਜ ਤੋਲੀਆ ਮਾਰ ਕੇ ਨਾ ਸਾਰੀ ਚਰਨ ਧੂੜੀ ਕਾਗਜ਼ 'ਤੇ ਪਾ ਕੇ ਉਹਦੀ ਪੂੜੀ ਬੰਨ ਲੈ, ਪੂੜੀ ਬੰਨ ਕੇ ਜੇਬ 'ਚ ਪਾ ਲੈ। ਹੁਣ ਥੱਕਿਆ ਹੁੰਦਾ ਬੰਦਾ, 2:30-3 ਵਜੇ ਦਾ ਉੱਠਿਆ ਹੋਵੇ, ਹੁਣ ਤੂੰ ਆਰਾਮ ਕਰਨਾ ਕਰ ਲੈ, ਘੰਟਾ ਡੇਢ ਲੇਟਣਾ ਲੇਟ ਜਾ, ਸੋਣਾ ਸੌ ਜਾ, ਲੇਟਣਾ ਲੇਟ ਜਾ। ਹੁਣ 9:30 ਜਲ ਪਾਣੀ ਚਾਹ ਪਾਣੀ ਛੱਕ ਕੇ ਨਾ ਅਤੇ ਆਪਣੀ ਹੱਟੀ 'ਤੇ ਜਾਣਾ। ਇਹ ਗੁਰਸਿੱਖ ਨੇ ਜੁਗਤੀ ਦਿੱਤੀ, ਜਿਹੜੀ ਦੁਕਾਨ ਨੂੰ ਤਾਲੇ ਲੱਗੇ ਨਾ ਸੀਲ ਹੋਈ ਹੈ, ਉਹ ਦੁਕਾਨ 'ਤੇ ਜਾਣਾ। ਅਤੇ ਤੁਹਾਨੂੰ ਪਤਾ ਰਾਮਪੁਰ ਵਾਲਿਓ, ਸ਼ਟਰ ਦੇ ਥੱਲੇ ਨਾ ਥੋੜ੍ਹੀ ਜਗ੍ਹਾ ਹੁੰਦੀ, ਆਖੋ ਸਾਧਨਾ। ਜੇ ਦੁਕਾਨ ਨੂੰ ਸ਼ਟਰ ਲੱਗੇ ਹੋਣ ਨਾ, ਮਾੜੀ ਜਿਹੀ ਜਗ੍ਹਾ ਹੁੰਦੀ, 1-2 ਇੰਚ ਥੋੜ੍ਹੀ ਜਗ੍ਹਾ ਹੁੰਦੀ। ਅਤੇ ਗੁਰਸਿੰਘ ਨੇ ਆਖਿਆ ਵੀ ਦੁਕਾਨ 'ਤੇ ਜਾ ਕੇ ਨਾ ਉਹ ਚਰਨ ਧੂੜ ਵਾਲੀ ਪੂੜੀ ਕੱਢਣੀ ਹੈ, ਹੱਥਾਂ 'ਤੇ ਚਰਨ ਧੂੜ ਲੈ ਕੇ ਨਾ ਅਤੇ ਉਹ ਸ਼ਟਰ ਦੇ ਥੱਲੋਂ ਦੀ ਪਾ ਦੇਣੀ, ਅਤੇ ਇੰਨਾ ਹੀ ਕਹਿ ਦੇਣਾ ਹੱਥ ਜੋੜ ਕੇ ਪਾ ਕੇ, ਗੁਰੂ ਰਾਮਦਾਸ ਜੀ ਮੇਰੇ ਕਰਮਾਂ ਕਰਕੇ ਮੇਰੀ ਦੁਕਾਨ ਨੂੰ ਤਾਲੇ ਲੱਗ ਗਏ ਹੈ, ਸੰਗਤ ਦੀ ਚਰਨ ਧੋੜੀ ਦਾ ਸਦਕਾ ਖੁਲਾ ਦਿਓ, ਕਹਿ ਦਿਓ ਗੱਜ ਕੇ ਸਤਨਾਮ। ਸੰਗਤ ਜੀ ਪਤਾ ਨਹੀਂ 12ਵਾਂ ਕਿ 13ਵਾਂ ਦਿਨ ਸੀ, ਸਾਰੇ ਤਾਲੇ ਵੀ ਖੁੱਲ ਗਏ, ਗੱਦੀਆਂ ਵੀ ਲੱਗ ਗਈਆਂ, ਨੌਕਰ ਵੀ ਆ ਗਏ, ਸੇਲ ਵੀ ਸ਼ੁਰੂ ਹੋ ਗਈ,
ਉਹਦੀਆਂ ਅੱਖਾਂ ਨੂੰ ਨਜ਼ਰ ਆ ਗਿਆ ਕਿ ਮਨ ਨੀਵਾਂ ਕਰਕੇ ਸੰਗਤ ਦੀ ਖੁਸ਼ੀ ਕਿਸੇ ਤਰੀਕੇ ਲੈ ਲਓ, ਉਹ ਕਰਮਾਂ 'ਚ ਲਿਖਿਆ ਵੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਚੇਂਜ ਕਰ ਦੇਵੇ। ਪੜ੍ਹੀਏ ਇੱਕ ਵਾਰੀ ਫੇਰ ਜੀ, ਪੜ੍ਹ ਲਈਏ ਜੀ। ਮੈਨੂੰ ਪਤਾ ਨਹੀਂ ਅਗਲਾ ਪ੍ਰੋਗਰਾਮ ਕਿੰਨੇ ਵਜੇ ਹੈ, ਮਗਰ ਹੈ ਕੰਟਰੋਲਰ ਅਤੇ ਅਜੇ ਮੇਰੀ ਸਾਖੀ ਸਾਖੀ ਪੂਰੀ ਨਹੀਂ ਹੋਈ। 5 ਕੁ ਮਿੰਟ ਪਿਆਰ ਦੇਣਾ ਜੀ, ਇੱਕ ਵਾਰੀ ਪੱਲੇ ਪਿਆਰ ਦੇਣਾ। ਸੰਗਤ ਵੀ ਸੰਗਤ ਦੀ ਜਾਣ ਗਏ ਕੱਜ ਕੇ ਆਖੋ ਸਤਨਾ। ਪੰਜ ਮਿੰਟ ਸਹਿਯੋਗ ਦੇਣਾ ਹੁਣ ਸਾਖੀ ਦਾ ਅਖੀਰਲਾ ਪੱਖ ਹੈ। ਇਹ ਜਿਹੜਾ ਅੱਜ ਦਾ ਪ੍ਰਸੰਗ ਸੁਣੋਗੇ ਨਾ, ਮੈਂ ਗੁਰੂ ਦੀ ਹਜ਼ੂਰੀ 'ਚ ਕਹਿੰਦਾ ਵਾਂ, ਰਾਮਪੁਰ ਵਿੱਚ ਜਿੰਨੇ ਗੁਰਦੁਆਰੇ ਨੇ ਤੁਹਾਡਾ ਕਮੇਟੀਆਂ ਦਾ ਪਿਆਰ ਵੀ ਵੱਧ ਜਾਏਗਾ। ਆਖੋ ਸਾਧਨਾ। ਹਾਂ, ਅੱਜ ਦਾ ਪ੍ਰਸੰਗ ਹਿਰਦੇ 'ਚ ਵਸਾਰੋਗੇ ਨਾ, ਹਿਰਦੇ 'ਚ। ਅਤੇ ਕਈ ਵਾਰੀ ਹੁੰਦਾ ਨਾ ਇੱਕ ਦੂਜੇ ਦੀਆਂ ਲੱਤਾਂ ਖਿੱਚਣੀਆਂ, ਅੱਜ ਦਾ ਪ੍ਰਸੰਗ ਤੁਹਾਡੀ ਝੋਲੀ 'ਚ ਉਹ ਪਾ ਕੇ ਜਾਏਗਾ ਕਿ ਆਪਸ ਵਿੱਚ ਪੰਥ ਦਾ ਪਿਆਰ ਵੱਧਦਾ ਇਹਦੇ ਨਾਲ। ਆਖੋ ਸਾਧਨ। ਹਾਂ, ਸਤ ਸੰਗਤ ਮੈਂ ਨੀਵੇਂ ਚਲੋ, ਇਹ 6ਵੇਂ ਪਾਤਸ਼ਾਹ ਦੇ ਬਚਨ, ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ 6ਵੇਂ ਪਾਤਸ਼ਾਹ ਦੇ ਬਚਨ। ਸਤ ਸੰਗਤ ਮੈਂ ਨੀਵੇਂ ਚਲੋ ਮਦਰ ਗਿਰਾ। ਮਦਰ ਦਾ ਅਰਥ ਤੁਹਾਨੂੰ ਸਭ ਨੂੰ ਪਤਾ, ਮਦਰ ਮਿਠਾਸ, ਗਿਰਾ ਦਾ ਅਰਥ ਜ਼ਬਾਨ। ਸਤ ਸੰਗਤ ਮੈਂ ਨੀਵੇਂ ਚਲੋ ਤੇ ਮਦਰ ਗਿਰਾ ਸਭ ਸਿੱਖਣ ਮਿਲੋ। ਕਹਿੰਦੇ ਸਿੱਖ ਸਿੱਖ ਨੂੰ ਮਿਲੇ ਮਿੱਠੀ ਜ਼ਬਾਨ ਨਾਲ ਮਿਲੇ। ਵਾਹਿਗੁਰੂ ਜੀ ਕਾ ਖਾਲਸਾ। ਅੱਜ ਦਾ ਪ੍ਰਸੰਗ ਇਸਦੇ ਵਿਸਾਲ ਹੋ ਗਿਆ, ਪੰਥ ਦਾ ਪਿਆਰ ਵਧੇਗਾ। ਇਹ ਲੋੜ ਹੈ ਪ੍ਰਚਾਰ। ਤੁਸੀਂ ਰਾਮਪੁਰ ਵਾਲੇ ਸੁਣਿਓ, ਕਈ ਵਾਰੀ ਹੁੰਦਾ ਇਹਨੇ ਚਿੱਟੀ ਪੱਗ ਬੰਨੀ ਹੈ, ਮੈਂ ਨੀਲੀ, ਮੈਂ ਕੇਸਰੀ, ਫਲਾਣੇ ਨੇ ਕਾਲੀ, ਆ ਫਲਾਣਾ ਇੰਜ ਹੈ। ਮੈਂ ਕਹਿੰਦਾ ਜਿੱਦਣ ਅੱਖਾਂ ਖੁੱਲ ਜਾਣਗੀਆਂ, ਜਿਹੜੇ ਰੰਗ ਦੀ ਵੀ ਬੰਨੀ ਹੈ ਤੁਹਾਨੂੰ ਨਜ਼ਰ ਆ ਜਾਏਗਾ, ਹੈ ਬਾਜਾਂ ਵਾਲੇ ਦੇ ਗੁਲਦਸਤੇ ਦੇ ਫੁੱਲ ਹੀ ਹੈ ਸਾਰੇ। ਆਖੋ ਸਤਨਾਮ। ਹੈ ਉਹਦੇ ਗੁਲਦਸਤੇ ਦੇ ਫੁੱਲ ਹੀ ਹੈ, ਆਪਣੀ ਆਪਣੀ ਜਗ੍ਹਾ ਡਿਊਟੀਆਂ ਨਿਭਾ ਰਹੇ। ਕਹਿ ਦਿਓ ਗੱਜ ਕੇ ਸਤਨਾਮ। ਉਹ ਕੱਟੜਤਾ ਖਤਮ ਹੋ ਜਾਏਗੀ, ਉਹ ਜਿਹੜੀ ਕੱਟੜਤਾ ਨੁਕਸਾਨੀ ਹੈ ਨਾ, ਉਹ ਛੋਟੇ ਹੁੰਦਿਆਂ ਸੁਣਦੇ ਹੋ ਨਾ ਤੁਸੀਂ, ਸਿੱਖ ਸਿੱਖ ਨੂੰ ਨਾ ਮਾਰੇ ਤੇ ਕੌਮ ਕਦੇ ਨਾ ਹਾਰੇ। ਆਖੋ ਸਾਧਨਾ। ਹਾਂ, ਉਹ ਖਤਮ ਹੋ ਜਾਏਗਾ, ਉਹ ਖਤਮ ਹੋ ਜਾਏਗਾ। ਇਹ ਜਿਤਨੇ ਮਾਈ ਭਾਈ ਤੁਸੀਂ ਇੱਕ ਗੱਲ ਸੁਣ ਕੇ ਹੈਰਾਨ ਹੋਵੋਗੇ, ਭਾਈ ਗੁਰਦਾਸ ਜੀ ਦੀ ਵਾਰ 'ਚੋਂ ਕਹਿੰਦੇ, ਭਾਈ ਗੁਰਦਾਸ ਜੀ ਕਹਿੰਦੇ, ਬੀਬੀ ਉਹ ਸੁਣਿਓ, ਕਹਿੰਦੇ ਸਿੱਖ ਕੁਝ ਨਾ ਕਰੇ, ਸਿੱਖ ਦੂਜੇ ਸਿੱਖ ਨੂੰ ਇੱਕ ਜਲ ਦਾ ਗਲਾਸ ਹੀ ਸ਼ਰਧਾ ਨਾਲ ਪਿਆ ਦੇਵੇ ਤੇ ਇੱਕ ਸਮੇਤ ਜਗ ਦਾ ਫਲ ਝੋਲੀ 'ਚ ਪੈ ਜਾਂਦਾ। ਸਿੱਖ ਕੋ ਪਿਲਾਏ ਪਾਣੀ, ਭਾਈ ਗੁਰਦਾਸ ਜੀ ਦੀ ਵਾਰ, ਸਿੱਖ ਕੋ ਪਿਲਾਏ ਪਾਣੀ ਭਾਉ ਕਰ ਕੁਰ ਖੇਤ, ਅਸਮੇਤ ਜਗ ਫਲ ਸਿੱਖ ਕੋ ਜਵਾਏਗਾ। ਆਖੋ ਸਤਨਾਮ। ਇੱਥੋਂ ਅੰਦਾਜ਼ਾ ਲਾ ਲਓ ਸਾਨੂੰ ਗਾਈਡਲਾਈਨ ਕੀ ਮਿਲ ਰਹੀ ਹੈ ਕਿ ਮਨ ਨੀਵਾਂ ਕਰਕੇ ਉਹ ਆ ਸਕੀਮਾਂ ਬਣਾਉਣੀਆਂ। ਚਲੋ ਜੀ, ਹੁਣ ਉੱਥੇ ਆ ਜਾਓ। ਭਾਈ ਆਦਮ ਨੇ ਬਾਰੀਆਂ ਪੱਟਤੀਆਂ, ਬੂਹੇ ਚੁਗਾਠਾਂ ਲਾਤੀਆਂ, ਮਹਾਰਾਜ ਲੰਘੇ 2:30 ਵਜੇ ਤੇ ਸੰਗਤ ਹੈ, ਕੀਰਤਨ ਦੀਆਂ ਧੁਨੀਆਂ ਲੱਗੀਆਂ, ਖਾੜੇ ਸਜੇ
ਤੇ ਮਹਾਰਾਜ ਦਾ ਫੁਰਨਾ ਬਣਿਆ ਵੀ ਇਹ ਸਾਨੂੰ ਸੁਣਿਆ ਮਿਲਿਆ ਸੀ ਲੰਗਰ ਦੀ ਲੱਕੜ ਗਿੱਲੀ ਤੇ ਮਹਾਰਾਜ ਕਹਿੰਦੇ ਸਵੇਰੇ ਆ ਹੁਣ ਖੀਰਲਾ ਸੀਨ ਹੈ ਜੀ ਵੇਖਿਓ 7:30 ਗੁਰੂ ਰਾਮਦਾਸ ਜੀ ਨਾ ਆ ਮੇਰੀ ਉਂਗਲ ਵੇਖਿਓ ਇੱਧਰ ਜਾਣ ਇੱਧਰ ਜਾਣ ਇੱਧਰ ਜਾਣ ਸੇਵਾਦਾਰ ਬੁਲਾਓ ਆ ਗਏ ਉਹ ਭਾਈ ਸਾਨੂੰ ਸੁਣਿਆ ਮਿਲਿਆ ਸੀ ਲੰਗਰ ਦੀ ਲੱਕੜ ਗਿੱਲੀ ਅਸੀਂ ਲੰਘਿਆ ਉੱਥੇ ਸੰਗਤ 'ਤੇ ਜੁੜੀ ਪਈ ਅੱਗ ਸੇਕ ਰਹੀ ਸੀ ਕਿੰਨੇ ਕੀਤੀ ਉਹ ਦੱਸਣ ਵਾਲਾ ਵੀ ਮੈਂ ਕਹਿੰਦਾ ਨਿਰਵੈਰ ਸੀ ਨਿਰਵੈਰ ਸੀ ਇਹ ਨਹੀਂ ਸੋਚਿਆ ਉਹਦੇ ਨੰਬਰ ਬਣ ਜਾਣੇ ਇਹ ਚੀਜ਼ਾਂ ਚਾਹੀਦੀਆਂ ਇੱਕ ਦੂਜੇ ਨੂੰ ਅੱਗੇ ਵਧਾਇਆ ਕਰੋ ਉਹ ਦੱਸਣ ਵਾਲਾ ਵੀ ਨਿਰਵੈਰ ਸੀ ਉਹਨੇ ਕਿਹਾ ਵੀ ਮਹਾਰਾਜ ਮਾਲਵੇ ਤੋਂ ਆਇਆ ਭਾਈ ਆਦਮ ਸੱਚੇ ਪਾਤਸ਼ਾਹ ਇਹ ਸੇਵਾ ਉਹਨੇ ਕੀਤੀ ਮਹਾਰਾਜ ਘਰੋਂ ਲੱਕੜੀ ਲਿਆ ਕੇ ਬਾਲੀ ਦੂਜੀ ਵਾਰੀ ਬਾਲੀ ਉਹ ਜਿਹੜਾ ਦੱਸ ਰਿਹਾ ਸੀ ਉਹਨੇ ਕਿਹਾ ਮਹਾਰਾਜ ਜਿਹੜਾ ਤੀਜੀ ਵਾਰੀ ਕੰਮ ਕੀਤਾ ਨਾ ਜੀ ਉਹ ਸੱਚੇ ਪਾਤਸ਼ਾਹ ਉਹ ਕਿਰਪਾ ਤੁਹਾਡੀ ਵਰਤੀ ਬੜਾ ਹੀ ਵੱਡਾ ਕਰ ਗਿਆ ਗੁਰੂ ਰਾਮਦਾਸ ਕਹਿੰਦੇ ਕੀ ਕਰ ਗਿਆ ਮਹਾਰਾਜ ਤੀਜੀ ਵਾਰੀ ਉਹਦੇ ਘਰ ਦੀ ਲੱਕੜ ਖਤਮ ਹੋ ਗਈ ਅਤੇ ਅਜੇ ਰਾਤ ਬਾਕੀ ਸੀ 1:15 ਸੀ ਠੰਡ ਬਹੁਤ ਸੀ ਤੀਜੀ ਵਾਰੀ ਜੋ ਉਹਨੇ ਕੀਤਾ ਮਹਾਰਾਜ ਆਪਣੇ ਘਰ ਦੀਆਂ ਬੂਹੇ ਬਾਰੀਆਂ ਚੁਗਾਠਾਂ ਪੱਟ ਕੇ ਬਾਲਤੀਆਂ ਗੁਰੂ ਨਾਨਕ ਦੀ ਸੰਗਤ ਨੂੰ ਠੰਡ ਨਾ ਲੱਗੇ ਆਪੇ ਸਮਾਂ ਬਣੇਗਾ ਬੂਹੇ ਬਾਰੀਆਂ ਨਵੀਆਂ ਲੱਗ ਜਾਣਗੀਆਂ ਗੁਰੂ ਰਾਮਦਾਸ ਆ ਜੇ ਗੁਰੂ ਗੁਰੂ ਰਾਮਦਾਸ ਇੱਧਰ ਕਦੀ ਇੱਧਰ ਜਲਦੀ ਬੁਲਾ ਇਹ ਜੇ ਰਸਤਾ ਨਦਰ ਦਾ ਮਹਾਰਾਜ ਕਹਿੰਦੇ ਜਲਦੀ ਬੁਲਾਓ ਉਹਨੂੰ ਜਲਦੀ ਉਹਨੇ ਮੈਨੂੰ ਖਰੀਦ ਲਿਆ ਬੁਲਾਇਆ ਭਾਈ ਆਦਮ ਤੇ ਗੁਰੂ ਰਾਮਦਾਸ ਕਹਿੰਦੇ ਹੋਏ ਭਾਈ ਆਦਮ ਘਰ ਦੀਆਂ ਬਾਰੀਆਂ ਲਾਤੀਆਂ ਬੂਹੇ ਲਾਤੇ ਗੁਰੂ ਨਾਨਕ ਦੀ ਸੰਗਤ ਲਈ ਗੁਰੂ ਰਾਮਦਾਸ ਦੇ ਮੁੱਖ ਚੋਂ ਨਿਕਲਿਆ ਕਿਹੜੀ ਭਾਵਨਾ ਨਾਲ ਸੇਵਾ ਕੀਤੀ ਉਹ ਜਲਦੀ ਬੋਲ ਮੈਂ ਤੇਰੀ ਝੋਲੀ ਫਿਰ ਕਹਿੰਦੇ ਉਹ ਗੱਜ ਕੇ ਸਤਨਾਮ ਅੱਜ ਗੱਲ ਫਿਰ ਉਹ ਸਾਂਝੀ ਹੋ ਰਹੀ ਨਦਰ ਮਿਲਦੀ ਕਿਵੇਂ ਹੈ ਸਮਝਿਓ ਬਸ ਸੰਗਤ ਦੀ ਮਨ ਨੀਵਾਂ ਕਰਕੇ ਹੋਈ ਮਹਾਰਾਜ ਕਹਿੰਦੇ ਜਲਦੀ ਬੋਲ ਤੂੰ ਮੈਨੂੰ ਜਿੱਤ ਲਿਆ ਇਹ ਪਿਆਰ ਦੀ ਜਿੱਤ ਉਹਨੂੰ ਖਰੀਦ ਲਿਆ ਬੁੱਲ ਖਰੀਦੀ ਮੇਰੀ ਸੰਗਤ ਨੂੰ ਲਿਜਾਇਆ ਹੀ ਬੂਹੇ ਬਾਰੀਆਂ ਲਾਤੀ ਉਹਨੇ ਫਿਰ ਝਕਦੇ ਝਕਦੇ ਕਿਹਾ ਮਹਾਰਾਜ ਉਮਰ ਵਡੇਰੀ ਹੈ ਆਇਆ ਇਸ ਭਾਵਨਾ ਨਾਲ ਘਰ ਕੋਈ ਬੂਟਾ ਲੱਗ ਜੇ ਆਖੋ ਸਾਧਨਾ ਘਰ ਕੋਈ ਬੂਟਾ ਲੱਗ ਜੇ ਅਤੇ ਗੁਰੂ ਰਾਮਦਾਸ ਜੀ ਇੱਧਰ ਆਉਣ ਇੱਧਰ ਜਾਣ ਅਤੇ ਜਦੋਂ ਨੇ ਕਿਹਾ ਨਾ ਭਾਵਨਾ ਇਹ ਸੀ ਘਰ ਬੂਟਾ ਲੱਗ ਜੇ ਅਤੇ ਧੰਨ ਗੁਰੂ ਰਾਮਦਾਸ ਕਹਿੰਦੇ ਆ ਵੇਖ ਕੇ ਕਹਿੰਦੇ ਭਾਈ ਆਦਮ ਆਹਾ ਤੇਰੇ ਕਰਮ ਇਹ ਬੋਲਦੇ ਪਏ ਨੇ 7 ਤੇਰੇ ਕਰਮਾਂ 'ਚ ਔਲਾਦ ਨਹੀਂ ਲਿਖੀ ਇਹ ਹੁਣ ਅੱਜ ਸਬਜੈਕਟ ਨਹੀਂ ਲੈ ਸਕਦੇ ਸਮਾਂ ਹੋ ਗਿਆ ਇਹ ਫਿਰ ਕਿਸੇ ਲਈ ਲਵਾਂਗੇ ਜਿਨ੍ਹਾਂ ਦੇ ਔਲਾਦ ਨਹੀਂ ਉਹਨਾਂ ਕੋਲ ਪਿਛਲੇ ਜਨਮ 'ਚ ਕਿਹੜਾ ਕਰਮ ਹੋਇਆ ਹੁੰਦਾ ਆਖੋ ਸਾਧਨਾ ਜਿਵੇਂ ਵੀ ਹੋਰ ਵੀ ਕਈ ਚੀਜ਼ਾਂ ਲੜਕੀਆਂ ਜਾਂ ਹੋਰ ਉਹ ਕਿਹੜੀ ਚੀਜ਼ ਹੋਈ ਹੁੰਦੀ ਹੈ ਮਹਾਰਾਜ ਕਹਿੰਦੇ ਆਹ ਬੋਲਦੇ ਪਏ 7 ਤੇਰੇ ਕਰਮਾਂ 'ਚ ਲਾਦ ਨਹੀਂ ਪਰ ਗੁਰੂ ਰਾਮਦਾਸ ਕਹਿੰਦੇ ਉਹ ਭਾਈ ਆਦਮ ਤੂੰ ਮੇਰੀਆਂ ਸੰਗਤਾਂ ਗੁਰੂ ਨਾਨਕ ਦੀਆਂ ਸੰਗਤਾਂ ਦੀ ਖੁਸ਼ੀ ਲਈ ਏ ਗੁਰੂ ਰਾਮਦਾਸ ਕਹਿੰਦੇ ਸਾਡੇ ਘਰ 4 ਪੁੱਤਰ ਹੋਣੇ ਸੀ 3 ਹੋ ਗਏ ਹੈ ਤੇਰੇ ਕਰਮਾਂ 'ਚ 7 ਔਲਾਦ ਨਹੀਂ ਜਾਂ ਅਸੀਂ ਆਪਣਾ 4th ਪੁੱਤਰ ਤੇਰੇ ਘਰ ਭੇਜਦੇ ਹਾਂ ਹਾਏ ਮਹਾਰਾਜ ਗੁਰੂ ਰਾਮਦਾਸ ਜੀ ਨੇ ਨਾਂ ਹੀ ਉਸੇ ਵੇਲੇ ਰੱਖਤਾ ਪਹਿਲੇ ਹੀ ਇਹਦੇ ਤਰੇੜ ਨਾ ਆ ਜੇ ਗੁਰੂ ਰਾਮਦਾਸ ਜੀ ਕਹਿੰਦੇ ਅਸੀਂ 4th ਪੁੱਤਰ ਤੇਰੇ ਘਰ ਭੇਜਦੇ ਹਾਂ ਤੇ ਮਹਾਰਾਜ ਕਹਿੰਦੇ ਭਾਈ ਭਗਤੂ ਨਾਂ ਰੱਖੀ ਆਖੋ ਸਤਨਾਮ ਨਾਮ ਜਪਣ ਵਾਲਾ ਹੋਊਗਾ ਤੇ ਤੀਜਾ ਵਜਨ ਕੀਤਾ ਕਹਿੰਦੇ ਉਹਦੀ ਵੀ ਕੁੱਲ ਚੱਲੇਗੀ ਕਹਿ ਦਿਓ ਗੱਜ ਕੇ ਸਤਨਾਮ ਇਹ ਜਿੰਨੀਆਂ ਸੰਗਤਾਂ ਦਾਸ ਦਾ ਕੋਈ ਸਾਖੀ ਨਾ ਮਤਲਬ ਨਹੀਂ ਸਿਰਫ ਇਹਦਾ ਮੂਲ ਅੰਸ਼ ਘਰ ਲੈ ਕੇ ਜਾਣਾ ਪੰਥ 'ਚ ਪਿਆਰ ਵਧਾਓ ਸਿੱਖ ਇੱਕ ਦੂਜੇ ਨਾਲ ਪਿਆਰ ਵਧਾਵੇ ਔਰ ਮਨ ਨੀਵਾਂ ਕਰਕੇ ਸਕੀਮਾਂ ਬਣਾਓ ਕਿਵੇਂ ਸੰਗਤ ਦੀ ਖੁਸ਼ੀ ਲਵਾਂ ਕਿਵੇਂ ਪ੍ਰਸੰਨਤਾ ਲਵਾਂ ਕਿਹੜੇ ਕਿਹੜੇ ਕੰਮ ਕਰਾਂ
ਇਹ ਸਿੱਧੀ ਲੇਖ ਬਦਲਣ ਵਾਲੀਆਂ ਦਾਤਾਂ ਨੇ, ਕਹਿ ਦਿਓ ਗੱਜ ਕੇ ਸਤਨਾਮ। ਕਿਸੇ ਰੂਪ 'ਚ ਕਰ ਲਓ, ਕਿਸੇ ਢੰਗ ਨਾਲ ਕਰ ਲਓ। ਆਓ ਸਾਰੀ ਸੰਗਤ ਪਿਆਰ ਦੇ ਨਾਲ ਹੁਣ ਬੋਲਿਓ, ਭੂਲੇ ਮਾਰਗ ਜਿਹਨੇ ਬਤਾਇਆ ਐਸਾ ਗੁਰ ਲੱਗਾ ਬਾਹਰ। ਇਹ ਸਟਾਲ ਬਾਹਰ ਲੱਗ ਗਿਆ ਜੀ, ਜਿਹੜਾ 20 ਮਿੰਟ ਅਜੇ 25 ਮਿੰਟ ਲੱਗਾ ਰਹੇਗਾ। ਇਹ ਕਿਤਾਬ 8ਵੀਂ ਮਹਾਰਾਜ ਨੇ ਲਿਖਾਈ ਹੈ, ਅਰਦਾਸ ਦੀਆਂ 13। ਅਰਦਾਸ ਕਿਵੇਂ ਕਰਨੀ ਚਾਹੀਦੀ, ਇਹਦੀਆਂ ਯੁਗਤੀਆਂ ਹੁੰਦੀਆਂ। ਪਹਿਲੀਆਂ 7 ਵੀ ਸ਼ਾਇਦ ਲੱਗੀਆਂ ਹੋਣ, ਇਹ ਲਾਭ ਲੈ ਲਓ ਆਪਣਾ। ਇਹ ਪੈਨ ਡਰਾਈਵ ਹੈ ਜੀ, ਇਹ 12 ਨੰਬਰ ਹੈ, ਟੋਟਲ 12 ਨੰਬਰ ਨੇ। 1 ਨੰਬਰ 'ਚ 60 ਘੰਟੇ ਦਾ ਕੀਰਤਨ, 56 ਘੰਟੇ ਦਾ, 66 ਘੰਟੇ ਦਾ, ਕਿਹੜੇ ਕਿਹੜੇ ਕੀਰਤਨ ਨੇ ਮਗਰ ਵੇਰਵਾ ਪੂਰਾ। ਹੁਣ ਜਿਹੜਾ ਮੇਰੇ ਅੱਜ ਨੰਬਰ ਫੜਿਆ, ਇਹ 'ਚ 39 ਕੀਰਤਨ ਨੇ, 39 ਦੀਵਾਨ ਨੇ, 1 ਦੀਵਾਨ ਪੌਣੇ 2 ਘੰਟੇ ਦਾ। ਇਸ ਤਰ੍ਹਾਂ 12 ਨੰਬਰ ਨੇ, ਕੋਈ ਚਾਹਵੇ ਇਹ ਲਾਭ ਲੈਣਾ ਲੈ ਲਵੇ। ਇਹ MP3 CDs ਇਹ ਰਸਾਲਾ 2 ਮਹੀਨੇ ਬਾਅਦ ਘਰਾਂ 'ਚ ਪਹੁੰਚਦਾ। ਔਰ ਕੋਈ ਚੀਜ਼ ਬਾਹਰ ਬਿਜ਼ਨਸ ਨਾਲ ਨਹੀਂ, ਸਿਰਫ ਪ੍ਰਚਾਰ ਦੇ ਤੌਰ 'ਤੇ ਵੀ। ਕੀਰਤਨ ਕੋਈ ਕਿੰਨੇ ਕਰ ਲਏਗਾ, ਅਤੇ 1 ਪੈਨ ਡਰਾਈਵ ਨਾਲ ਕਿੰਨਾ ਚਿਰ ਅਸੀਂ ਕਿੰਨਾ ਕੋਟਾ ਜਿਹੜਾ ਉਹ ਪ੍ਰਾਪਤ ਕਰ ਸਕਦੇ ਹਾਂ। ਇਹ ਸੰਗਤ ਦੇ ਲਾਈਵ ਪ੍ਰੋਗਰਾਮ ਜਿਹੜੇ ਉਹ ਵਾਲੇ ਸਟੂਡੀਓ ਦੇ ਨਹੀਂ ਕੋਈ, ਇਹ ਸੰਗਤਾਂ ਬਾਹਰੋਂ ਲਾਭ ਲੈ ਸਕਦੀਆਂ। ਜਿਹੜੀ ਕੀਰਤਨ ਦੇ ਸਤਿਕਾਰ ਵਜੋਂ ਇਹ ਮਾਇਆ ਦੇ ਗਏ ਹੋ, ਇਹ 1 ਪੈਸਾ ਤੁਹਾਡਾ ਵਿਧਵਾ ਬੀਬੀਆਂ ਦੇ ਮੁੱਖ 'ਚ ਅੰਨ ਦਾ ਦਾਣਾ, 2 ਹਸਪਤਾਲ, 2 ਸਰਾਵਾਂ, ਇਹ ਬਾਬਾ ਦੀਪ ਸਿੰਘ ਦਾ ਜਨਮ ਅਸਥਾਨ ਅਤੇ ਭਾਈ ਤਾਰੂ ਸਿੰਘ ਜੀ ਦਾ ਜਨਮ ਅਸਥਾਨ, ਇਹ 2 ਮਹਾਨ ਸ਼ਹੀਦਾਂ ਦੇ ਜਨਮ ਅਸਥਾਨਾਂ ਦੀ ਕਾਰ ਸੇਵਾ ਸਤਿਗੁਰਾਂ ਨੇ ਝੋਲੀ 'ਚ ਪਾਈ ਹੈ। ਇਹ ਸਾਰੀ ਮਾਇਆ ਇਹਨਾਂ ਕਾਰਜਾਂ ਲਈ ਵਰਤੀ ਜਾਂਦੀ ਹੈ। ਆਓ ਗੁਰੂ ਅਰਹਿ ਸਾਹਿਬ, ਧੰਨ ਗੁਰੂ ਹਰਕ੍ਰਿਸ਼ਨ ਸਾਹਿਬ, ਅਗਰ ਉਹਨਾਂ ਦਾ ਜੀਵਨ, ਉਹਦੇ ਵਿੱਚੋਂ ਵੀ ਤੁਹਾਨੂੰ ਇਹੀ ਖੁਸ਼ਬੂਆਂ ਆਉਣਗੀਆਂ ਕਿ ਗੁਰੂ ਹਰਿ ਸਾਹਿਬ ਸੱਚੇ ਪਾਤਸ਼ਾਹ ਬਾਰ ਬਾਰ ਕਹਿੰਦੇ ਨੇ, ਸੰਗਤ ਨਾ ਛੱਡੀ, ਗੱਜ ਕੇ ਆਖੋ ਸਤਨਾਮ। ਸੰਗਤ ਨਾ ਛੱਡੀ, ਸਤ ਸੰਗਤ ਨਾ ਛੱਡੀ। ਸਾਰੀਆਂ ਸੰਗਤਾਂ ਬਹੁਤ ਪਿਆਰ ਦੇ ਨਾਲ ਇਹ ਪੰਕਤੀਆਂ ਪੜ੍ਹੀਏ, ਫਿਰ ਸਮਾਪਤੀ ਹੈ ਜੀ। ਜਿਵੇਂ ਅਗਲਾ ਪ੍ਰੋਗਰਾਮ ਸੈਕਟਰੀ ਸਾਹਿਬ ਆਪ ਜੀ ਨੂੰ ਦੱਸਣਗੇ ਕਿ ਕਿਵੇਂ ਅਗਲਾ ਪ੍ਰੋਗਰਾਮ ਹੈ। ਹੁਣ ਸਾਰੇ ਬੋਲਿਓ ਪਿਆਰ ਦੇ ਨਾਲ ਜੀ, ਐਸਾ ਗੋਰ ਵੱਡ ਭਾਗੀ ਸਭ